ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ। ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਤੁਹਾਨੂੰ ਹੋਵੇ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਓਵਰਆਲ ਸਿਸਟਮ ਦੇ ਉੱਤੇ, ਢਾਂਚੇ ਦੇ ਉੱਤੇ ਜੋ ਕੁਛ ਚੱਲ ਰਿਹਾ, ਖਾਸ ਤੌਰ ਦੇ ਉੱਤੇ ਜੇ 1992 ਦੇ ਕੁਛ ਕੇਸਾਂ ਦਾ ਜਿਹੜਾ ਜੀ ਉਹ ਫੈਸਲਾ ਆਉਂਦਾ ਕਿ ਕਿਵੇਂ 15-15 ਸਾਲ ਦੇ ਇੱਕ ਨੌਜਵਾਨ ਨੂੰ ਚੁੱਕ ਕੇ ਉਹ ਖਪਾ ਦਿੱਤਾ ਜਾਂਦਾ, ਮਾਰ ਦਿੱਤਾ ਜਾਂਦਾ। 1992 ਦਾ ਫੈਸਲਾ ਹੁਣ ਆਉਂਦਾ, 18 ਦੇ ਵਿੱਚ ਜੋ ਕੁਛ ਮਜੀਠਾ ਹਲਕੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੱਡੀ ਦੇ ਉੱਤੇ ਕਿਵੇਂ ਔਰਤ ਜਿਹੜੀ ਆ ਜੀ ਉਹ ਡਿੱਗਦੀ ਆ, ਇਹ CCTV ਫੁਟੇਜ ਆਉਂਦੀ ਆ, ਉਹ ਉਦੋਂ ਤੋਂ ਲੈ ਕੇ ਹੁਣ ਤੱਕ ਉਹਦੇ ਵਿੱਚ ਫਰਕ ਕੀ ਆ, ਉਹ ਜਿਹੜਾ ਚਿਹਰਾ ਵਾਰ ਵਾਰ ਕਿਉਂ ਜਿਹੜਾ ਉਹ ਦਿਸਦਾ ਪੁਲਿਸ ਦਾ। ਪੁਲਿਸ ਰਿਫੋਰਮ ਦੀ ਗੱਲ ਅਕਸਰ ਜਿਹੜੀ ਉਹ ਕੀਤੀ ਜਾਂਦੀ ਆ, ਪਰ ਜਿਹੜੇ ਲੋਕ ਰੀਅਲ ਦੇ ਵਿੱਚ ਰਿਫੋਰਮ ਕਰਨਾ ਚਾਹੁੰਦੇ ਸੀਗੇ ਜਾਂ ਕਰਨਾ ਚਾਹੁੰਦੇ ਆ ਅੱਜ ਵੀ, ਉਹਨਾਂ ਨੂੰ ਤੁਸੀਂ ਇਹ ਕਹਿ ਲਓ ਕਿ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣੀ ਨਹੀਂ ਜਾਂਦੀ। ਉਹਦਾ ਕਾਰਨ ਕੀ ਆ, ਕਿਉਂ ਇੰਨਾ ਕੁਛ ਜਿਹੜਾ ਸਾਰਾ ਇਹ ਹਾਵੀ ਹੋ ਗਿਆ, ਪੜ੍ਹੇ ਲਿਖੇ ਜਿਹੜੇ ਨਵੇਂ ਜਿਹੜੇ ਉਹ ਆ ਰਹੇ ਨੇ ਪੁਲਿਸ ਦੇ ਵਿੱਚ, ਉਹਦੇ ਬਾਵਜੂਦ ਇਹ ਜਿਹੜਾ ਫੇਸ ਆ ਇੱਕ ਬਹੁਤ ਕੁਰਖਤ ਫੇਸ ਜਿਹੜਾ ਉਹ ਕਿਉਂ ਨਹੀਂ ਸਾਈਡ ਦੇ ਉੱਤੇ ਜਾਂਦਾ। ਪਰ ਇਹ ਵੀ ਕਈ ਵਾਰੀ ਹੈਰਾਨਗੀ ਹੁੰਦੀ ਕਿ DIG ਦੇ ਅਹੁਦੇ ਤੋਂ ਕੋਈ ਰਿਟਾਇਰ ਹੋਇਆ ਹੋਵੇ ਔਰ ਉਹ ਸ਼ਾਂਤ ਸੁਭਾਅ ਔਰ ਬਹੁਤ ਫਲੈਕਸੀਬਲ ਹੋਵੇ ਔਰ ਸਾਹਿਤ ਦੇ ਨਾਲ ਇੰਨਾ ਕੁ ਜੁੜਿਆ ਹੋਇਆ ਹੋਵੇ ਕਿ ਤਕਰੀਬਨ ਦਰਜਨ ਤੋਂ ਉੱਪਰ ਜਿਹੜੀਆਂ ਜੀ ਕਿਤਾਬਾਂ ਉਹਨਾਂ ਦੀਆਂ ਹੋਣ। ਮੇਰੀ ਮੁਰਾਦ ਜਿਹੜੇ ਅੱਜ ਦੇ ਸਾਡੇ ਮਹਿਮਾਨ ਨੇ ਉਹਨਾਂ ਤੋਂ ਹੈ, ਇਕਬਾਲ ਸਿੰਘ ਹੁਰੀ IPS ਨੇ ਜੀ, DIG ਦੇ ਅਹੁਦੇ ਤੋਂ ਉਹ ਰਿਟਾਇਰ ਹੋਏ, ਤਰਨ ਤਾਰਨ ਦਾ ਏਰੀਆ ਉੱਥੇ ਦੇਰ SSP ਰਹੇ, ਕਪੂਰਥਲੇ ਦੇ ਵਿੱਚ SSP ਰਹੇ। ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਜਿਨ੍ਹਾਂ ਲੋਕਾਂ ਨੂੰ ਪੜ੍ਹਿਆ ਜਾਂਦਾ ਜਾਂ ਲਿਖਦੇ ਨੇ ਲਗਾਤਾਰ, ਚਾਹੇ ਉਹ ਆਰਟੀਕਲ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਨਾ ਹੋਵੇ, ਜਿਹੜਾ ਨਵੇਂ ਯੁੱਗ ਦਾ ਹਥਿਆਰ ਹੈ ਉਹਦੇ ਵਿੱਚ ਜਿਹੜੇ ਬੇਹੱਦ ਮਕਬੂਲ ਵੀ ਨੇ, ਲੋਕ ਉਹਨਾਂ ਨੂੰ ਪੜ੍ਹਨਾ ਵੀ ਚਾਹੁੰਦੇ ਨੇ ਔਰ ਇਹੋ ਜਿਹੜੇ ਇੰਟਲੈਕਚੁਅਲ ਲੋਕ ਨੇ ਜਿਨ੍ਹਾਂ ਨੂੰ ਪੜ੍ਹ ਕੇ ਕੁਛ ਨਾ ਕੁਛ ਸੇਧ ਜਿਹੜੀ ਉਹ ਮਿਲਦੀ ਕਿ ਆਹ ਬਦਲਾਓ ਆ ਸਕਦਾ, ਪਰ ਉਹਨਾਂ ਦੀ ਗੱਲ ਜਿਹੜੀ ਅਣਸੁਣੀ ਕਿਉਂ ਕਰ ਦਿੰਦੇ ਨੇ, ਖਾਸ ਤੌਰ ਦੇ ਉੱਤੇ ਜਿਹੜੇ ਸਿਆਸਤਦਾਨ, ਕਿਉਂਕਿ ਬਦਲਣਾ ਤਾਂ ਆਫਟਰਆਲ ਸਿਆਸਤਦਾਨਾਂ ਨੇ ਆ ਸਾਰਾ ਕੁਛ, ਪੁਲਿਸ ਨੇ ਤਾਂ ਬਦਲਣਾ ਨਹੀਂ, ਉਹ ਤਾਂ ਉਹ ਇੰਪਲੀਮੈਂਟ ਕਰ ਸਕਦੇ ਆ ਜੋ ਸਰਕਾਰ ਉੱਤੋਂ ਜਿਹੜਾ ਜੀ ਉਹ ਬਣਾ ਕੇ ਦੇਊਗੀ। ਫਿਰ ਸਿਆਸੀ ਪਾਰਟੀਆਂ ਦਾ ਜਿਹੜਾ ਅੰਧਕਾਰ ਇਹ ਕਿਹਾ ਜਾ ਸਕਦਾ ਕਿ ਉਹ ਇਸ ਪਾਸੇ ਵੱਲ ਨੂੰ ਤੁਰਦੇ ਨੇ। ਅੱਜ ਦੇ ਫਾਇਰ ਲਾਈਨ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਦੇ ਨਾਮ ਦੇ ਨਾਲ ਵੀ ਤੁਸੀਂ ਜਾਣਦੇ ਹੋ ਕਿਉਂਕਿ ਉਹਨਾਂ ਦਾ ਉਹ ਪਿੰਡ ਹੈ, ਉਹ ਸਾਡੇ ਨਾਲ ਮਹਿਮਾਨ ਮੌਜੂਦ ਨੇ ਜੀ। ਜੀ ਆਇਆਂ ਨੂੰ ਜੀ ਪ੍ਰੋਗਰਾਮ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ। ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ DIG ਦਾ ਅਹੁਦਾ ਜਿਹੜਾ ਜੀ ਬਹੁਤ ਉੱਚਾ ਅਹੁਦਾ ਹੈ, ਉਸ ਅਹੁਦੇ ਤੱਕ ਪਹੁੰਚਣਾ ਔਰ ਖਾਸ ਤੌਰ ਦੇ ਉੱਤੇ ਇੱਕ ਸਾਹਿਤ ਦਾ ਰਸੀਆ ਜਿਹੜਾ ਜੀ ਉਹ ਹੋਣਾ, ਕਿਉਂਕਿ ਜਦੋਂ ਕਿਤੇ ਨਾ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਪੁਲਿਸ ਵਾਲੇ ਨੂੰ, ਕਿਸੇ ਸਿਪਾਹੀ ਨੂੰ ਜਾਂ ਕਿਸੇ ਹੌਲਦਾਰ ਨੂੰ ਗਾਣਾ ਗਾਉਂਦੇ ਹੋਏ ਦੇਖਦੇ ਆ ਨਾ, ਤਾਂ ਬੜਾ ਅਜੀਬ ਲੱਗਦਾ ਕਿ ਇਹ ਵਰਦੀ ਪਾ ਕੇ ਇੰਨਾ ਵਧੀਆ ਇਹ ਗਾ ਵੀ ਲੈਂਦਾ ਜਾਂ ਕੋਈ ਕਵਿਤਾ ਛੋਟੀ ਜਿਹੀ ਲਿਖਦਾ ਉਹ ਫੇਮਸ ਹੋ ਜਾਂਦੀ ਹੈ। ਪਰ ਇੱਕ ਨਾਮ ਉਹ ਤੁਹਾਡਾ ਜਿਹੜਾ ਜੀ ਜਿਨ੍ਹਾਂ ਨੇ ਇੰਨੀਆਂ ਸਾਰੀਆਂ ਕਿਤਾਬਾਂ ਸਾਹਿਤ ਦੀ ਝੋਲੀ ਦੇ ਵਿੱਚ ਵੀ ਪਾਈਆਂ, ਪੁਲਿਸ ਰਿਫੋਰਮ ਦੇ ਵਾਸਤੇ ਬਹੁਤ ਸਾਰਾ ਕੰਮ ਜਿਹੜਾ ਜੀ ਉਹ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ, ਅੱਜ ਵੀ ਉਹਦੇ ਵਿੱਚ ਕੰਟੀਨਿਊ ਜਿਹੜਾ ਜੀ ਉਹ ਲੱਗੇ ਹੋਏ ਹੋ। ਮੈਂ ਥੋੜ੍ਹਾ ਜਿਹਾ ਤੁਹਾਡਾ ਸਫ਼ਰ ਨਾਲ ਦੀ ਨਾਲ ਜਿਹੜਾ ਜੀ ਪੁਲਿਸ ਵਾਲਾ ਅਤੇ ਸਾਹਿਤ ਵਾਲਾ ਇਹ ਥੋੜ੍ਹਾ ਜਿਹਾ ਜਾਣਨਾ ਚਾਹੁੰਦਾ ਮੇਰੀ। ਸਾਹਿਤ ਦਾ ਤਾਂ ਕਾਲਜ ਲਿਖਣ ਦਾ ਸ਼ੌਕ ਸੀ ਜੀ, ਜੀ ਅਤੇ ਉਦੋਂ ਮੈਂ DAV ਕਾਲਜ ਚੰਡੀਗੜ੍ਹ ਦਾ ਵਿਦਿਆਰਥੀ ਹਾਂ ਜੀ। ਉੱਥੇ ਇੱਕ 1969 ਦੇ ਵਿੱਚ ਮੈਗਜ਼ੀਨਾਂ 'ਚ ਲਿਖਦੇ ਹੁੰਦੇ ਸੀਗੇ ਅਤੇ ਮੈਨੂੰ ਵੀ ਹੁਕਮ ਹੋਇਆ ਕਿ ਗੁਰੂ ਨਾਨਕ ਐਜ਼ ਏ ਰੈਵੋਲੂਸ਼ਨਰੀ ਰਾਈਟਰ ਦੇ ਤੌਰ 'ਤੇ ਤੁਸੀਂ ਇਹਨਾਂ ਦੇ ਇੱਕ ਆਰਟੀਕਲ ਲਿਖੋ ਅਤੇ ਮੈਨੂੰ ਨਹੀਂ ਸੀ ਲੱਗਦਾ ਕਿ ਚਿੱਟੀ ਦਾੜੀ ਵਾਲਾ ਜਿਹੜਾ ਵਿਅਕਤੀ ਬਜ਼ੁਰਗ, ਕਿਉਂਕਿ ਮੈਂ ਉਸ ਵੇਲੇ ਬੱਚਾ ਸੀ ਅਤੇ ਇਹਨਾਂ ਨੇ ਕੀ ਰੈਵੋਲੂਸ਼ਨ ਲਿਆਂਦਾ ਹੋਏਗਾ, ਕਿਸੇ ਦੀ ਸਹਾਇਤਾ ਨਾਲ ਉਹ ਆਰਟੀਕਲ ਲਿਖਿਆ ਅਤੇ ਆਰਟੀਕਲ ਦਾ ਜਿਹੜਾ ਉਹ ਇਸ ਜਿਹੜੀ ਮੇਰਾ ਪ੍ਰਵਾਨ ਹੋਇਆ, ਯੂਨੀਵਰਸਿਟੀ ਨੇ ਉਹਨੂੰ ਐਪਰੀਸ਼ੀਏਟ ਕੀਤਾ ਅਤੇ ਮੈਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਦਾ ਮੈਨੂੰ ਸ਼ੌਕ ਪੈਦਾ ਹੋ ਗਿਆ। ਉਸ ਤੋਂ ਲੈ ਕੇ ਤਕਰੀਬਨ ਹੁਣ 49 ਸਾਲ ਹੋ ਗਏ ਆ। ਸੋ ਕੋਈ ਐਸਾ ਦਿਨ ਹੁੰਦਾ ਨਹੀਂ ਜਦੋਂ ਮਹਾਰਾਜ ਦਾ ਸਰੂਪ ਪ੍ਰਕਾਸ਼ ਕਰਕੇ ਉਹਦਾ ਹੁਕਮਨਾਮਾ ਲੈ ਕੇ, ਅੱਜ ਵੀ ਸਵੇਰੇ 4 ਵਜੇ ਪਹਿਲਾਂ ਹੁਕਮਨਾਮਾ ਲੈ ਕੇ ਹੀ ਚੱਲੇ ਹਾਂ ਅਤੇ ਕੋਸ਼ਿਸ਼ ਕਰੀਦੀ ਹੈ ਕਿ ਲਗਾਤਾਰ ਸਹਿਜ ਪਾਠ ਕਰਦੇ ਰਹੀਏ ਅਤੇ ਗੁਰੂ ਨਾਨਕ ਦਾ ਜਿਹੜਾ ਦੁਨੀਆ ਦੇ ਵਿੱਚ ਇੱਕ ਨਵਾਂ ਰੈਵੋਲੂਸ਼ਨ ਲੈ ਕੇ ਆਏ,
हर खेत्र राजनीतिक धार्मिक खेत्र हिंदुस्तान 711 च मुहम्मद बिन कासिम ने गुलाम कर लिया सी। जी। और 1710 तक गुलाम रहा जब तक बाबा बंदा सिंह बहादुर ने सरहंद फतेह नहीं की थी। बिल्कुल। तो यह 999 साल दे विच गुरु साहबान ने 239 साल इस संसार दे विच रह के 10 जामिया च ते उन्होंने लोगों नू जागृत किया, लोगों नू बहादुर बनाया। सो ये फलसफा साड़ी बदकिस्मती है, मैं समझना जिहड़े बहुत सारे जिन्हें विद्वान है पढ़ने की कोशिश करी दी है कि असी गुरमत का असल सिद्धांत लोगों तक लैके नहीं जा सके। सो मेरा एक तो यह उद्यम है कि मैं एक विद्यार्थी है, अपने ते मैं सवाल पैदा करदा है जे मेरे मन च आउंदा कि जिहड़ा खालसा है ये राज करेगा खालसा ये किवें लिखिया गुरु साहब ने, जां कोई भी सवाल मेरे मन च आउंदा जां ब्राह्मणा लई की चाहिए उहदे लई गुरु साहब का कॉन्सैप्ट मैं समझण की कोशिश करदा। तो जेड़ा कुछ मेरे पल्ले पैंदा फिर मैं जे समझ आ जाए तो फिर अपने पाठकां नाल दोस्तां नाल सांझी करन दी कोशिश करी दी है। तो पुलिस दे विच भी देखो पुलिस दा एक पवित्र फर्ज है लोगों की जान ते माल की राखी कर, पुलिस लोगों की दोस्त बने, पुलिस लोगों का साथी बने, ये तो बहुत जरूरी है आज़ाद मुल्कां दे विच। तो उहदे लई मैं ये महसूस करदा भी अज तो जो असी कैरियर शुरू किया 72 च मैं सर्विस ज्वाइन की सी उदों ये गल कही जाती सी कि जिहड़ा बंदे च 3 वाइसिज नहीं है ना वूमन वाइन ते वैल्थ दी उहनू किसे सिफारिश दी लोड़ नहीं, और जिहड़ा सच कहना ते सच करना एक माण वाली गल हुंदी सी। ते जिहड़े अपने तो सीनियर नू किसे नजायज़ काम तो ना कर देनी, अपने किसी पॉलिटिशियन के दबाव च नहीं आना, यह आम एक वरतीरा हुंदा सी बहुते पुलिस अफसरां दा मजोरिटी च। ते हुण आके यह देखिया कि मैं समझदा सी कि जदों विद्या आ रही है जो अज दी हैगी है या यूनिवर्सिटी दीआं डिग्रियां लै के लोग आ रहे हैं यह सुधार आएगा, बदकिस्मती नाल उह सुधार आया नहीं। जिथे अगे असी जो समझते सी जदों पुलिस दे विच बहुते थानेदारी हुंदे सीगे अफसरां दी गिनती बड़ी घट हुंदी सी, पंजाब च 1 IG हुंदा सी, 8 DIG हुंदे सी, 50 IPS अफसर सीगे, ज़्यादा बाकी कुछ डेपुटेशन दे बहुत वड्डा काडर नहीं सीगा। ते उह हुण जिहड़े आ ना हुण तां डायरेक्ट IPSां दा ही बहुत वड्डी गल है, लेकिन जिस लैवल दा इखलाक होना चाहीदा सीगा उस लैवल दा इखलाक उहदा ते जीवन चो नज़र नहीं आउंदा। जदों असी तुहानूं मैं एक छोटी जी कहानी सुणाउंदा, एक तुसी भी माझे दे रहण वाले हो ते एक उत्थे समगलर हुंदा सी, मैं नां तां नहीं लवांगा, ते उहदी किसे SSP नाल दोस्ती सी। अच्छा जी। ते दोस्ती नहीं रिश्तेदारी सीगी, उह SSP भी उस जिले दे विच ही लगा होया सी। अच्छा। ते उहने जा के उहनूं अमृतसर जिले दा SSP सी उहने ਭਿੱਖੀ ਵਿਣ ਦੇ ਇਲਾਕੇ ਦਾ ਉਹ ਰਹਿਣ ਵਾਲਾ ਸੀ ਸਮਗਲਰ, ਉਹਨੇ ਥਾਣੇਦਾਰ ਨੂੰ ਸਿਫਾਰਿਸ਼ ਕਰਵਾਈ। ਅੱਛਾ। ਤੇ ਬਈ ਇਹਦੀ ਜਿਹੜਾ ਇਹਨੂੰ ਇੱਜ਼ਤ ਦਿੱਤੀ ਜਾਵੇ, ਸਮਗਲਰ ਨੂੰ ਹੁਣ ਥਾਣੇਦਾਰ ਕਿਉਂ ਇੱਜ਼ਤ ਦੇਏਗਾ। ਉਹ ਜਾ ਕੇ ਉੱਥੇ ਖੜਾ ਹੋ ਗਿਆ, ਉਹਨੇ ਬੁਲਾਇਆ ਨਹੀਂ, ਹੁਣ ਪਤਾ ਸੀ। ਉਹ ਕਹਿਣ ਲੱਗਾ ਤੈਨੂੰ ਪਤਾ ਮੈਂ ਕੌਣ ਆ, ਥਾਣੇਦਾਰ ਨੂੰ ਕਹਿਣ ਲੱਗਾ, ਕਿਉਂਕਿ ਪਿੱਛੋਂ SSP ਬੋਲਦਾ ਸੀ। ਉਹਨੇ ਕਿਹਾ ਮੈਨੂੰ ਪਤਾ। ਹਾਂਜੀ। ਉਹਨੇ ਕਹਿੰਦਾ ਮੇਰਾ ਨਾਂ ਦਰਿਆ ਆ। ਤੇ ਉਹ ਕਹਿੰਦਾ ਤੂੰ ਕਿਹੜੇ ਦਰਿਆ ਦੀ ਗੱਲ ਕਰਦਾ, ਮੇਰਾ ਨਾਂ ਸੰਤ ਸਿੰਘ ਸਮੁੰਦਰ ਆ, ਤੇਰੇ ਵਰਗੇ ਕਈ ਦਰਿਆ ਮੈਂ ਪੀ ਗਿਆ। ਇੱਥੇ ਕੋਈ ਸਮਗਲਿੰਗ ਜਿਹੜੀ ਹੈ ਇਹ ਨਹੀਂ ਅਲਾਓ ਹੋਏਗੀ, ਤੇ ਮੈਂ ਤੈਨੂੰ ਹਵਾਲਾ ਦੇ ਦੇਣਾ, ਤੂੰ ਭੱਜ ਜਾ ਇੱਥੋਂ। ਜਿਹੜਾ ਉਸ ਵੇਲੇ ਉਹ ਈਵਨ ਕੋਈ ਵੀ ਬੰਦਾ ਜਿਹੜਾ, ਔਰ ਇੱਕ ਮਤਲਬ ਬਹੁਤ ਸਾਰੀਆਂ ਕਹਾਣੀਆਂ ਨੇ ਅੱਛੇ ਲੋਕਾਂ ਦੀਆਂ। ਤੁਸੀਂ ਗੱਲ ਇਖਲਾਕ ਦੀ ਕੀਤੀ, ਇਹ ਇਖਲਾਕ ਦੇ ਨਾਲ ਜੁੜੀ ਹੋਈ ਗੱਲ ਹੈ ਵੀ ਉਹ ਕਹਿੰਦਾ ਮੈਂ ਜਾਣਦਾ ਤੈਨੂੰ ਵੀ ਤੂੰ ਕੌਣ ਹੈ। ਇਹ ਇਖਲਾਕ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਡਾਇਰੈਕਟ ਵੀ ਆਉਣ ਲੱਗ ਗਏ, ਪੜ੍ਹੇ ਲਿਖੇ ਆਉਣ ਲੱਗ ਗਏ, ਜਿਹੜੇ ਨਵੇਂ ਆਉਂਦੇ ਨੇ ਫਿਟਨੈਸ ਵਾਈਜ਼ ਉਂਝ ਉਹਨਾਂ ਦੀ ਜਿਹੜੀ ਅਕਲ ਹੈ ਉਹ ਵੱਧ ਹੈ, ਪਰ ਇਹ ਜਿਹੜੀ ਚੀਜ਼ ਹੈ ਇਹ ਘਟਣੀ ਕਿਉਂ ਜਾ ਰਹੀ ਹੈ ਜੀ? ਘਟਦੀ ਇਸ ਕਰਕੇ ਜਾ ਰਹੀ ਹੈ ਕਿ ਜਿਹੜੇ ਮੈਂ ਸਮਝਦਾ ਵੀ ਜਿਹੜੀ ਟ੍ਰੇਨਿੰਗ ਹੈ ਨਾ IPS ਦੀ ਉਹੀ ਫਾਲਟੀ ਹੈ। ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਗੱਲ ਬਿਠਾਤੀ ਜਾਂਦੀ ਹੈ ਕਿ ਯੂ ਆਰ ਹੇਅਰ ਟੂ ਰੂਲ, ਇਹ ਵੀ ਗਲਤ ਹੈ। ਹੁਣ ਮੈਂ ਇੱਕ ਤੁਹਾਨੂੰ ਕਹਾਣੀ ਸੁਣਾਉਣੀ ਹੈ ਸੱਚੀ, ਔਰ ਉਹ ਤੁਸੀਂ ਉਹਦੇ 'ਚ ਅਰਥ ਕੱਢਿਓ ਕੀ ਹੈ, ਨਾ ਮੈਨੂੰ ਪੁੱਛਿਓ। ਇੱਕ ਪੰਜਾਬ ਦਾ ਸਿੰਗਰ ਹੈ ਜਿਹਨਾਂ ਬਹੁਤ ਵੱਡਾ ਉਹਦਾ ਨਾਂ ਆ,
ਉਹਨੂੰ ਰਾਜ ਸਿੰਗਰ ਵੀ ਕਹਿੰਦੇ ਆ ਜੀ। ਉਹ ਮੇਰਾ ਦੋਸਤ ਹੈ, ਕੁਛ ਦਿਨ ਪਹਿਲਾਂ ਮੈਨੂੰ ਮਿਲਿਆ ਜੀ। ਮੈਂ ਨਾਂ ਉਹਨਾਂ ਦਾ ਤਾਂ ਲੈ ਦਿੰਦਾ, ਹੰਸ ਰਾਜ ਹੰਸੀ ਜੀ। ਉਹ ਮੈਨੂੰ ਕਹਿਣ ਲੱਗੇ ਵੀ 96 ਦੇ ਵਿੱਚ ਮੈਨੂੰ ਇੱਕ ਵੱਡੇ ਪੱਤਰਕਾਰ ਦਾ ਟੈਲੀਫੋਨ ਆਇਆ ਕਿ ਹੰਸ ਜੀ ਤੁਹਾਨੂੰ ਇੱਕ SSP ਸਾਹਿਬ ਮਿਲਣਾ ਚਾਹੁੰਦੇ ਆ ਜੀ। ਅਤੇ ਥੋੜ੍ਹੀ ਦੇਰ ਬਾਅਦ SSP ਦਾ ਟੈਲੀਫੋਨ ਆ ਗਿਆ ਕਿ ਤੁਸੀਂ ਮੇਰੇ ਕੋਲ ਆ ਜਾਓ। ਮੈਂ ਕਹਿੰਦੇ ਉਹਨਾਂ ਦੇ ਘਰ ਚਲਾ ਗਿਆ ਅਤੇ ਯੰਗ ਮੁੰਡਾ ਸੀ SSP ਮੇਰੇ ਖਿਆਲ। ਉਹਨੇ ਉਸੇ ਵੇਲੇ ਉੱਥੇ ਇੱਕ ਹੋਰ ਸੱਜਣ ਬੈਠੇ ਸੀ ਅੱਖਾਂ 'ਤੇ ਐਨਕਾਂ ਲਾ ਕੇ, ਉਹਨਾਂ ਨਾਲ ਮਿਲਾਇਆ, ਕਹਿਣ ਲੱਗੇ ਵੀ ਤੁਹਾਨੂੰ ਨਾ ਮੋਗੇ ਜਾਣਾ। ਅੱਛਾ ਜੀ। ਉਹ ਕਹਿੰਦੇ ਜੀ ਉਸ ਵੇਲੇ ਇਲੈਕਸ਼ਨ ਹੋ ਰਹੀ ਸੀ ਲੋਕ ਸਭਾ ਦੀ, ਅਤੇ ਉਹ ਬਾਊ ਜੀ ਮੇਰੇ ਨਾਲ ਐਨਕਾਂ ਲਾ ਕੇ ਬਹਿ ਗਏ। ਅਸੀਂ ਹੰਸ ਰਾਜ ਹੰਸ ਜੀ ਅਤੇ ਉਹ ਬਾਊ ਜੀ ਮੋਗੇ ਚਲੇ ਗਏ। ਰਾਹ 'ਚ ਉਹ ਪੁੱਛਣ ਲੱਗਾ, ਕਹਿੰਦੇ ਤੂੰ ਮੈਨੂੰ ਜਾਣਦਾ ਨਹੀਂ, ਮੈਂ ਕੌਣ ਹੈ ਹੰਸ ਰਾਜ ਹੰਸ? ਉਹ ਕਹਿਣ ਲੱਗੇ ਨਹੀਂ ਜੀ ਮੈਂ ਨਹੀਂ ਜਾਣਦਾ। ਕਹਿੰਦੇ ਮੈਂ ਤੁਹਾਡੇ SSP ਦਾ ਬੌਸ ਹੈ। ਅੱਛਾ ਜੀ। ਅਤੇ ਉਹਨੇ ਕਿਹਾ ਜੀ ਠੀਕ ਹੈ ਜੀ, ਬੜੀ ਮਿਹਰਬਾਨੀ ਤੁਹਾਡੀ। ਕਹਿੰਦੇ ਉੱਥੇ ਗਏ ਤਾਂ ਇੱਕ ਵੱਡੇ ਪੋਲੀਟੀਸ਼ਨ ਦੇ ਹਵਾਲੇ ਮੈਨੂੰ ਕਰ ਦਿੱਤਾ। ਅੱਛਾ ਜੀ। ਉਹ ਪੋਲੀਟੀਸ਼ਨ ਹਲੇ ਇਨ ਪਾਵਰ ਨਹੀਂ ਸੀਗਾ। ਅੱਛਾ ਜੀ। ਆਸ ਸੀ ਕਿ ਸ਼ਾਇਦ ਅਗਲੇ ਸਾਲ ਉਹਦੀ ਸਰਕਾਰ ਬਣ ਜਾਏ। ਅੱਛਾ ਜੀ। ਅਤੇ ਉਹਨੂੰ ਕਹਿਣ ਲੱਗਾ ਵੀ ਜਿਹੜਾ ਇਹ ਆ ਗਿਆ ਜੀ, ਮੈਂ ਇਹਨਾਂ ਨੂੰ ਫੜ ਕੇ ਲੈਣ ਦਾ, ਜਿਵੇਂ ਕਿਸੇ ਦੀ ਹੀਰ ਹਵਾਲੇ ਕਰੀ ਦੀ ਆ। ਉਹ ਹੱਸ ਰਹੇ ਸੀ ਹੰਸ ਰਾਜ ਹੰਸ ਜੀ। ਅੱਛਾ ਜੀ। ਅਤੇ ਉਹ ਪੋਲੀਟੀਸ਼ਨ ਮਤਲਬ ਜਿਹੜਾ ਬੰਦਾ ਇਨ ਪਾਵਰ ਆ, ਜਿਹੜਾ ਬੰਦਾ ਉਸ ਵੇਲੇ ਦਾ ਚੀਫ ਮਿਨਿਸਟਰ ਹੈ, ਉਹਦਾ ਉਹਦੀ ਬੇਟੀ ਵੀ ਇਲੈਕਸ਼ਨ ਲੜ ਰਹੀ ਸੀ, ਲੇਕਿਨ ਉਹ ਜਿਹੜੇ ਪੁਲਿਸ ਅਫਸਰ IPS ਅਫਸਰ ਉਹ ਹੰਸ ਰਾਜ ਹੰਸ ਨੂੰ ਮਿਲਾਉਣ ਲਿਜਾ ਰਹੇ ਸੀ, ਜਿਹੜੀ ਦੀ ਨੈਕਸਟ ਗੌਰਮੈਂਟ ਆਉਣ ਦੀ ਆਸ ਸੀ ਉਹਨਾਂ ਨੂੰ ਤਾਂ ਕਿ ਅਸੀਂ ਉਹਦੇ ਨਾਲ ਵੀ ਪਹਿਲੇ ਸੰਡਗੰਡ ਬਣਾ। ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਜਿਹੜਾ ਜੀ ਉਹ ਪੁਆਇੰਟ ਕੀਤਾ ਕਿ ਉਹ ਜਿਹੜੀ ਅਗਲੀ ਸਰਕਾਰ ਬਣਨ ਵਾਲੀ ਹੁੰਦੀ ਆ ਉੱਥੋਂ ਤੱਕ ਵੀ ਜਿਵੇਂ ਇਹ ਬਿਲਕੁਲ ਜਿਹੜੀ ਦੀ ਉਹ ਅਸਲੀਅਤ ਜਿਹੜੀ ਲਾਲਪੁਰਾ ਸਾਹਿਬ ਨੇ ਜਿਹੜੀ ਉਹ ਦੱਸੀ ਹੈ ਇਕਬਾਲ ਸਿੰਘ ਦੀ, ਸਾਡੇ ਮਹਿਮਾਨ ਨੇ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਰਿਫੋਰਮ ਦੀ ਉਹਨਾਂ ਨੇ ਆਪ ਹੀ ਗੱਲ ਜਿਹੜੀ ਦੀ ਉਹ ਸ਼ੁਰੂਆਤ ਕਰਤੀ ਕਿ ਜਿਹੜੀਆਂ ਗਲਤੀਆਂ ਕਿੱਥੇ ਨੇ ਉਹਦੇ ਬਾਰੇ ਇਹਦੇ ਵਿੱਚ ਗੱਲਬਾਤ ਜਿਹੜੀ ਹੈ ਜੀ ਉਹ ਕਰਦੇ ਹਾਂ। ਓਵਰਆਲ ਪੰਜਾਬ ਦੀ ਜਿਹੜੀ ਰਾਜਨੀਤੀ ਇਸ ਵੇਲੇ ਬੜੇ ਉਸਲ ਵੱਟੇ ਜਿਹੜੇ ਆ ਜੀ ਉਹ ਲੈ ਰਹੀ ਆ ਕਿ ਹੋਣਾ ਕੀ ਆ, ਇਹਦੇ ਬਾਰੇ ਵੀ ਬਹੁਤ ਇੱਕ ਡਿਫਰੈਂਟ ਟਾਈਪ ਦੀ ਉਹਨਾਂ ਦੀ ਜਿਹੜੀ ਉਹ ਨਬਜ਼ ਪਛਾਣਨ ਵਾਲੇ ਵਿਅਕਤੀ ਨੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਪਰਤ ਰਹੇ ਹਾਂ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਫਾਇਰਲਾਈਨ ਦੇ ਵਿੱਚ ਸਾਡੇ ਨਾਲ ਇਕਬਾਲ ਸਿੰਘ, ਰਿਟਾਇਰਡ IPS DIG ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਔਰ ਸਾਹਿਤਕਾਰ ਵੀ ਨੇ। ਮੈਂ ਉਹਨਾਂ ਨੇ ਬਹੁਤ ਕੁਛ ਜਿਹੜਾ ਜੀ ਇੱਕ ਬਰੀਫ ਦੇ ਵਿੱਚ ਹੀ ਇੰਨਾ ਕੁਛ ਜਿਹੜਾ ਜੀ ਉਹ ਦੱਸਤਾ। ਮੇਰਾ ਖਿਆਲ ਇੱਕ ਜਿਹੜਾ ਰਾਈਟਰ ਹੈ, ਜਿਹੜਾ ਸਾਹਿਤਕਾਰ ਹੈ, ਉਹੀ ਇੰਨੇ ਘੱਟ ਸਮੇਂ ਦੇ ਵਿੱਚ ਇੰਨੇ ਜਿਹੜੇ ਚੰਦ ਲਫਜ਼ਾਂ ਦੇ ਵਿੱਚ ਇੰਨਾ ਕੁਛ ਦੱਸ ਸਕਦਾ ਕਿ ਰਿਫੋਰਮ ਕੀ ਆ, ਉਹ ਕਿਵੇਂ ਆਉਂਦੇ ਸੀ, ਪਹਿਲਾਂ ਇਖਲਾਕ ਕੀ ਸੀਗਾ, ਅੱਜ ਇਖਲਾਕ ਜਿਹੜਾ ਜੀ ਉਹ ਕੀ ਆ। ਛੋਟੀਆਂ ਛੋਟੀਆਂ ਕਹਾਣੀਆਂ ਦੇ ਰੂਪ ਦੇ ਵਿੱਚ ਜਿਹੜੀਆਂ ਹੱਡ ਬੀਤੀਆਂ ਨੇ ਉਹਦੇ ਵਿੱਚ ਉਹਨਾਂ ਨੇ ਦੋ ਕਹਾਣੀਆਂ ਦੇ ਵਿੱਚ ਜਿਹੜਾ ਜੀ ਉਹ ਦੱਸ ਦਿੱਤਾ ਕਿ ਕਿਵੇਂ ਸੌਦੇਬਾਜ਼ੀ ਜਿਹੜੀ ਅਜੇ ਹੁੰਦੀ, ਜਿੱਥੋਂ ਅਸਲ ਦੇ ਵਿੱਚ ਗੱਲ ਸਟਾਰਟ ਹੁੰਦੀ ਹੈ ਵੀ ਅਜੇ ਜਿਹੜੀ ਬਣੀ ਨਹੀਂ ਸਰਕਾਰ ਉਹਦੇ ਵੱਲ ਨੂੰ ਵੀ ਜਿਹੜਾ ਜੀ ਉਹ ਕਿਵੇਂ ਸੌਦੇਬਾਜ਼ੀਆਂ ਕਰਾਉਣ ਦੇ ਵਾਸਤੇ ਤੁਰ ਪੈਂਦੇ ਆ। ਸਰ, ਜਿਹੜੇ ਮੌਜੂਦਾ ਹਾਲਾਤ ਇਸ ਵੇਲੇ ਬਣੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ 3 ਸਾਲ ਪਹਿਲਾਂ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਸਿਆਸਤ ਹੈ ਪੰਜਾਬ ਦੀ ਜਿਸ ਤਰੀਕੇ ਨਾਲ ਉਸਲ ਵੱਟੇ ਲੈ ਰਹੀ ਆ, ਅੱਜ ਰੈਲੀਆਂ ਦਾ ਦਿਨ ਹੈ, ਇਹਨੂੰ ਬਹੁਤੇ ਜਿਹੜੇ ਪੱਤਰਕਾਰ ਉਹ ਦੇਖ ਰਹੇ ਸੁਪਰ ਸੰਡੇ, ਇੱਕ ਸੁਪਰ ਸੰਡੇ ਤਾਂ ਹੈ ਨਹੀਂਗਾ, ਇੱਕ ਉੱਧਰ ਲੱਗੇ ਹੋਏ ਨੇ ਜੀ ਉਹ ਲੰਬੀ ਜਾ ਕੇ, ਇੱਕ ਪਟਿਆਲੇ ਜਿਹੜਾ ਜੀ ਉਹ ਲੱਗੇ ਹੋਏ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਇੰਨਾ ਕੁਛ ਉਥਲ ਪੁਥਲ ਜਿਹੜੀ ਹੋ ਰਹੀ ਹੈ ਪੰਜਾਬ ਸਿਆਸਤ ਦੇ ਵਿੱਚ ਨੈਗੇਟਿਵ ਹੈ, ਪੋਜ਼ਿਟਿਵ ਹੈ, ਜਾਂ ਇਹਦੇ 'ਚ ਕੋਈ ਚੇਂਜ ਤੁਸੀਂ ਦੇਖਦੇ ਹੋ? ਮੈਂ ਤਾਂ ਇਹਨੂੰ ਕਹਾਂਗਾ ਜੀ ਇਹ ਪੰਜਾਬੀਆਂ ਦੀ ਬਦਕਿਸਮਤੀ ਹੈ ਕਿ ਸਾਡੇ ਸਾਹਮਣੇ ਇਹ ਆਗੂ ਨੇ ਜਿਹੜਾ ਅਸਲ ਮੁੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਉਹਦੇ ਨਾਲ ਹਰ ਨਾਨਕ ਨਾਮ ਲੇਵਾ ਬਲਕਿ ਹਰ ਜਿਸ ਵੀ ਬੰਦੇ ਦਾ ਪੰਜਾਬ ਨਾਲ ਸੰਬੰਧ ਹੈ ਉਹ ਜ਼ਰੂਰ ਇਹਦੇ ਬਾਰੇ ਚਿੰਤਿਤ। ਇਨਸਾਨੀਅਤ ਪਸੰਦ ਕੋਈ ਵੀ ਕਿਸੇ ਧਰਮ ਦਾ ਹੋਵੇ, ਕੋਈ ਬੰਦਾ ਇਸ ਬਾਰੇ ਚਿੰਤਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹ ਧਰਮ ਗ੍ਰੰਥ ਹੈ ਜਿਹੜਾ ਸਾਰੇ ਧਰਮਾਂ ਦਾ ਸਾਂਝਾ ਹੈ। ਏਕ ਪਿਤਾ ਏਕ ਸਕੇ ਹਮ ਬਾਰਕ ਦੀ ਗੱਲ ਨਹੀਂ ਕਰਦੇ, ਇਹਦੇ ਵਿੱਚ ਮੁਸਲਮਾਨਾਂ ਦੀ, ਬ੍ਰਾਹਮਣਾਂ ਦੀ, ਸਾਰੀਆਂ ਬਰਾਦਰੀਆਂ ਦੀ ਜਿਹੜੀ ਆ ਬਾਣੀ ਦਰਜ ਹੈਗੀ ਹੈ। ਸੋ ਇਸੇ ਮਹਾਨ ਇੱਕ ਧਰਮ ਗ੍ਰੰਥ ਨੂੰ ਜਿਹਨੂੰ ਗੁਰੂ ਦੀ ਗੱਦੀ ਪ੍ਰਾਪਤ ਹੋਵੇ ਉਹਦੀ ਪੱਤਰੇ ਪਾੜੇ ਜਾਣ, ਉਹਨਾਂ ਨੂੰ ਚੋਰੀ ਕਰ ਲਿਆ ਜਾਵੇ, ਉਹਨਾਂ ਨੂੰ ਨੁਕਸਾਨ ਕੀਤਾ ਜਾਵੇ, ਇਸ ਤੋਂ ਮਾੜੀ ਗੱਲ ਜਿਹੜੀ ਹੈ ਨਾ ਕਿਸੇ ਸਰਕਾਰ ਦੇ ਸਮੇਂ 'ਚ ਹੋ ਨਹੀਂ ਸਕਦੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਇਹ ਕ੍ਰਾਈਮ ਨੂੰ ਅਸੀਂ ਪ੍ਰੀਵੈਂਟ ਨਾ ਕਰ ਸਕੀਏ ਔਰ ਉਸ ਤੋਂ ਬਾਅਦ ਡਿਟੈਕਟ ਨਾ ਕਰ ਸਕੀਏ ਕਈ ਸਾਲਾਂ ਤੱਕ, ਅਤੇ ਹਾਲੇ ਤੱਕ ਕਿਸੇ ਨੂੰ ਅਸੀਂ ਸਜ਼ਾ ਨਹੀਂ ਕਰਾ ਸਕੇ, ਇਹ ਹੋਰ ਵੀ ਚਿੰਤਾ ਅਤੇ ਮਾੜੀ ਗੱਲ ਹੈ। ਲੇਕਿਨ ਰਾਜਨੀਤਿਕ ਬੰਦੇ ਇਸ ਮੁੱਦੇ ਨੂੰ
पासे करके या इस मुद्दे दे राही, क्योंकि पहला भी बरगाड़ी दे विच मोर्चा लगा सीगा 2015 दे विच, उस तो बाद फिर सरबत खालसा होया। सरबत खालसे दे विच ओह पुरानी गल 1986 वाली रिपीट हो गई कि पंज जथेदार साहिबान नूं बदल दिओ, ते उदो पंथक कमेटी बन गई सी, हुण तालमेल कमेटी बन गई, ते गल अगे चली नहीं। 3 साल उन्हां नूं भी लै के बैठिया नूं हो गया, ते ओह जिहड़ी है जो अदालती गल जो होर जिहड़ा साडे कोल अवेलेबल जिहड़ियां रेमेडीज हैगियां उस पासे असीं तुरे नहीं। जिहड़ी सरकार उस वेले सी जिन्हां दा फर्ज बनदा सी उहनूं क्राइम नूं रोकना, मुलजमां नूं फड़ना, ਇਹਦੇ ਲਈ ਜ਼ਿੰਮੇਵਾਰ ਤਾਂ ਸਾਰੇ ਹੀ ਹੁੰਦੇ ਨੇ, ਥੱਲੇ ਤੋਂ ਲੈ ਕੇ ਉੱਪਰ ਤੱਕ। ਮੈਂ ਸਮਝਦਾ ਕਿ ਜੇ SSP ਜਾਂ SHO ਜਾਂ ਜਿਹੜਾ ਵੀ ਬੰਦਾ ਉਸ ਵੇਲੇ ਦਾ ਹਾਜ਼ਰ ਸੀ ਉਹ ਪ੍ਰੀਵੈਂਟ ਨਹੀਂ ਕਰ ਸਕਿਆ ਕ੍ਰਾਈਮ ਜਾਂ ਡਿਟੈਕਟ ਨਹੀਂ ਕਰ ਸਕਿਆ, ਉਹ ਨੌਕਰੀ 'ਚ ਰਹਿਣ ਦੇ ਯੋਗ ਹੀ ਨਹੀਂ ਸੀ। ਬਿਲਕੁਲ। ਉਸ ਤੋਂ ਬਾਅਦ ਜਿਹੜੀ ਫਾਇਰਿੰਗ ਹੋਈ ਉਹ ਤਾਂ ਦੇਖੋ ਜਿੰਨਾ ਤੁਹਾਡੀ ਜਾਨ ਨੂੰ ਖਤਰਾ ਹੈ, ਜਾਂ ਤਾਂ ਉੱਧਰੋਂ ਫਾਇਰਿੰਗ ਹੁੰਦੀ ਹੋਈ ਜੀ, ਫਿਰ ਤਾਂ ਜਾਂ ਕੋਈ ਪ੍ਰੋਪਰਟੀ ਦਾ ਨੁਕਸਾਨ ਹੁੰਦਾ ਹੋਵੇ ਅਤੇ ਫਿਰ ਤਾਂ ਤੁਹਾਡੀ ਜਸਟੀਫਿਕੇਸ਼ਨ ਹੈ। ਹੁਣ ਕੀ ਕੋਈ ਪ੍ਰੋਪਰਟੀ ਦਾ ਨੁਕਸਾਨ ਉੱਥੇ ਹੋਇਆ? ਅੱਜ ਤੱਕ ਕਿਸੇ ਨੇ ਨਹੀਂ ਕਿਹਾ। ਕਿਸੇ ਨੇ ਇਹ ਨਹੀਂ ਕਿਹਾ ਕੋਈ ਪੁਲਿਸ ਵਾਲਾ ਵੀ ਜ਼ਖਮੀ ਹੋਇਆ, ਜਾਂ ਕਿਸੇ ਹਥਿਆਰ ਵੀ ਤੁਸੀਂ ਉਹੀ ਚਲਾ ਸਕਦੇ ਹੋ ਨਾ, ਜੇ ਤੁਹਾਡੇ ਕੋਈ ਡੰਡਾ ਮਾਰਦਾ ਤੁਸੀਂ ਵੀ ਡੰਡਾ ਮਾਰ ਲਓ। ਅਤੇ ਲੇਕਿਨ ਪਾਣੀ ਵਾਟਰ ਕੈਨਨਸ ਹੋਈਆਂ, ਟੀਅਰ ਗੈਸ ਹੋਈ, ਇਹ ਡਿਸਪਰਸਲ ਵਾਸਤੇ ਦੱਸਿਆ ਜਾਂਦਾ ਰਿਹਾ, ਲੇਕਿਨ ਗੋਲੀ ਚਲਾਉਣ ਦੀ ਤੁਹਾਨੂੰ ਲੋੜ ਕੀ ਪੈ ਗਈ? ਲੇਟੈਸਟ ਮਿਸਾਲ ਸਰ, ਜਿਹੜੀ ਦਿੱਲੀ ਦੇ ਵਿੱਚ ਕਿਸਾਨ ਆ ਰਹੇ ਸੀ 20,000 ਦੇ ਕਰੀਬ, ਉਹਨਾਂ ਨੂੰ ਰੋਕ ਲਿਆ ਗਿਆ ਨਾ ਟੀਅਰ ਗੈਸ ਦੇ ਨਾਲ, ਵਾਟਰ ਕੈਨਨ ਦੇ ਨਾਲ। ਇਹ ਹਾਲਾਂਕਿ ਉਹ ਹਿੰਸਕ ਸੀਗੇ, ਉਹ ਤਾਂ ਹਿੰਸਕ ਵੀ ਨਹੀਂ ਸੀਗੇ ਜੀ। ਇੱਥੇ ਰੋਜ਼ ਚੰਡੀਗੜ੍ਹ 'ਚ ਹੁੰਦਾ, ਰੋਜ਼ ਹੁੰਦਾ ਜੀ, ਰੋਜ਼ ਚੰਡੀਗੜ੍ਹ ਹੁੰਦਾ, ਮਟਕਾ ਚੌਕ 'ਚ ਲੋਕ ਅੱਗੇ ਰੋਂਦੇ ਆ। ਤੁਸੀਂ ਪੁਲਿਸ ਫੋਰਸ ਦੇ ਵਿੱਚ ਰਹੇ ਹੋ, ਤੁਸੀਂ ਅੰਦਰਲੀਆਂ ਗੱਲਾਂ ਜਾਣਦੇ ਹੋ, ਜਿਸ ਅਹੁਦੇ 'ਤੇ ਰਹੇ ਹੋ ਉੱਪਰ ਜਿਹੜੇ ਹਾਈ ਅਹੁਦੇ ਨੇ ਉਹਨਾਂ ਦੇ ਵਿੱਚੋਂ ਇਹ ਹੈ ਕਿ ਇਹ ਪੋਸੀਬਲ ਹੈ ਸਰ ਕਿ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਜੀ ਉਹਨੂੰ ਚੋਰੀ ਕਰ ਲਿਆ ਜਾਣਾ, ਉਹਦੀ ਚਿੱਠੀ ਜਿਹੜੀ ਉਹ ਲਿਖ ਦੇਣੀ, ਇਹ ਕਹਿ ਕੇ ਕਿ ਸਾਡੇ ਕੋਲ ਆ ਜੋ ਕਰਨਾ ਕਰ ਲਓ, ਬਿਨਾਂ ਸਿਆਸੀ ਜਿਹੜੀ ਆ ਜੀ ਉਹਦੇ ਪਿੱਛੇ ਬੈਕਅਪ ਨਾ ਹੋਵੇ, ਉਹ ਤੋਂ ਬਿਨਾਂ ਇਹ ਹੋ ਸਕਦਾ ਸੀ ਪੋਸੀਬਲ? ਦੇਖੋ ਮੈਂ ਸਮਝਦਾ ਵੀ ਜਿਹੜਾ ਕ੍ਰਿਮੀਨਲ ਹੈ ਨਾ ਉਹਦਾ ਮਨੋਬਲ ਵੱਧਦਾ ਜੇ ਅੱਗੇ ਪੁਲਿਸ ਫੋਰਸ ਕੰਮ ਨਾ ਕਰਦੀ ਹੋਵੇ। ਅੱਜ ਕੱਲ੍ਹ ਬਦਕਿਸਮਤੀ ਹੈ ਪੰਨੂ ਸਾਹਿਬ, ਮੈਂ ਕਹਿ ਰਿਹਾ ਕਿ ਜਿਹੜੇ SSP ਹੈ ਨਾ ਜਾਂ ਜਿਹੜੇ ਥੱਲੇ ਦੇ ਅਫਸਰ ਹੈ, DSP ਹੈਗੇ, SHO ਹੈ, ਉਹ ਰੋਜ਼ 86 ਬੰਦਿਆਂ ਦੇ ਘਰ ਜਾਂਦੇ ਆ, ਜੀ ਮੈਨੂੰ ਅੱਜ ਦਾ ਕੰਮ ਦੱਸੋ ਜੀ। ਮੈਨੂੰ ਯਾਦ ਨਹੀਂ ਕਿ ਮੈਂ ਆਪਣੀ ਸਾਰੀ ਨੌਕਰੀ ਦੇ ਵਿੱਚ ਕਦੇ ਕਿਸੇ ਪੋਲੀਟੀਸ਼ੀਅਨ ਦੇ ਘਰ ਕੰਮ ਕਰਨ ਲਈ ਪੁੱਛਣ ਗਿਆ ਹੋਵਾਂ, ਜਾਂ ਆਪਣੇ ਸੀਨੀਅਰ ਨੂੰ ਪੁੱਛਿਆ ਹੋਵੇ ਜੀ ਮੈਂ ਕੀ ਕਰਾਂ। ਤੁਹਾਨੂੰ ਇੱਕ ਲਾਅ ਦੇ ਵਿੱਚ ਗਿਵਨ ਟਾਸਕ ਹੈਗਾ, ਤੁਹਾਡੀ ਪੋਸਟ ਨੂੰ ਤੁਸੀਂ ਪਰਫੋਰਮ ਕਰੋ, ਉਹਨੂੰ ਪੜ੍ਹੋ, ਸਟੱਡੀ ਕਰੋ ਵੀ ਤੁਸੀਂ ਪੁਲਿਸ ਫੋਰਸ ਕਿਵੇਂ ਬਣੀ ਹੈ, ਕਾਹਦੇ ਲਈ ਤੁਸੀਂ ਬਣੀ ਹੈ। ਸੋ ਇਹ ਜਦੋਂ ਪੋਲੀਟੀਸ਼ੀਅਨਾਂ ਨੂੰ ਜਾ ਕੇ ਪੁੱਛਦੇ ਜੀ ਅਸੀਂ ਆਹ ਕਰ ਲਈਏ, ਅਸੀਂ ਉਹ ਕਰ ਲਈਏ, ਅਤੇ ਅੱਜ ਕੱਲ੍ਹ ਤਾਂ 157 ਵੀ ਜਿਹੜੀ ਹੈ ਉਹ SSP ਦੱਸਦਾ ਵੀ ਕਰਨੀ ਕਿ ਨਹੀਂ ਕਰਨੀ, ਜਾਂ ਜਿਹੜਾ ਭਲੇ ਮਾਨਸ ਨੂੰ ਅੰਦਰ ਦੇਣਾ ਉਹਦੇ ਲਈ ਆਪਾਂ ਕੀ ਤੁਸੀਂ ਫੇਸ ਕੀਤਾ ਹੀ ਹੈ। ਜਿਹੜੀ ਤੁਸੀਂ ਇਖਲਾਕ ਦੀ ਗੱਲ ਕੀਤੀ ਸੀਗੀ, ਜੇ ਉਹ ਪੁਲਿਸ ਵਾਲੇ ਇਖਲਾਕ ਦੀ ਗੱਲ ਸੀ ਤੇ ਉਦੋਂ ਜਿਹੜੇ ਪੋਲੀਟੀਸ਼ੀਅਨ ਸੀ, ਤੁਸੀਂ ਤਰਨਤਾਰਨ ਰਹੇ ਹੋ, ਉੱਥੋਂ ਦੇ ਤੁੜ ਸਾਹਿਬ ਜਿਹੜੀ ਉਹ ਰਹੇ ਨੇ, ਲਾਲਪੁਰਾ ਸਾਹਿਬ ਤੁਹਾਡੇ ਪਿੰਡ ਦੇ ਸੀਗੇ, ਉਹਨਾਂ ਪੋਲੀਟੀਸ਼ੀਅਨਾਂ ਦੇ ਉਹਨਾਂ 'ਚ ਵੀ ਇਖਲਾਕ ਹੁੰਦਾ ਸੀਗਾ? ਬਹੁਤ ਇਖਲਾਕ ਹੁੰਦਾ ਸੀ ਜੀ, ਬਹੁਤ ਇਖਲਾਕ ਹੁੰਦਾ ਸੀ। ਮੈਂ ਸਮਝਦਾ ਕਿ ਇੱਕ ਮੈਂ ਤੁਹਾਨੂੰ ਤੁੜ ਸਾਹਿਬ ਦੀ ਅਤੇ ਲਾਲਪੁਰਾ ਸਾਹਿਬ ਦੀ ਤਾਂ ਗੱਲ ਬਹੁਤ ਸੁਣਾਉਂਦਾ, ਮੈਂ ਇੱਕ ਗੱਲ ਸੁਣਾਉਂਦਾ। ਇੱਕ ਸਾਡੇ ਪੋਲੀਟੀਸ਼ੀਅਨ ਸੀ ਉੱਥੇ ਬ੍ਰਿਜ ਭੂਸ਼ਣ ਮਹਿਰਾ ਅੰਮ੍ਰਿਤਸਰ ਦੇ ਵਿੱਚ, ਮੈਂ SP City ਸੀ ਅੰਮ੍ਰਿਤਸਰ। ਉਹ ਇੱਕ ਵਾਰੀ ਮੈਨੂੰ ਟੈਲੀਫੋਨ 'ਤੇ ਉਹਨਾਂ ਨੇ ਮੈਨੂੰ ਮਿਲੇ ਸਰਕਿਟ ਹਾਊਸ, ਮੈਨੂੰ ਕਹਿਣ ਲੱਗੇ ਆਹ ਮੇਰੇ ਇੱਕ ਰਿਸ਼ਤੇਦਾਰ ਦਾ ਕੰਮ ਹੈ, ਇਹ ਤੁਸੀਂ ਕਰ ਦਿਓ। ਸਰਦੀਆਂ ਦਾ ਮੌਸਮ ਸੀ, ਉਦੋਂ ਮੋਬਾਈਲ ਟੈਲੀਫੋਨ ਹੁੰਦੇ ਨਹੀਂ ਸੀ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਸ਼ੋਰ ਕੀਤਾ ਮੈਂ ਕਰ ਦਿਆਂਗਾ, ਮੈਂ ਦੇਖ ਲੈਣਾ ਜੋ ਹੋ ਸਕਦਾ ਜੈਨੂਇਨ ਕਰਾਂਗੇ। ਉਹਨਾਂ ਦਾ ਮੈਨੂੰ ਰਾਤੀ 11 ਵਜੇ ਟੈਲੀਫੋਨ ਆ ਗਿਆ ਜੀ, ਮੈਂ ਸਰਦੀਆਂ ਦਾ ਮੌਸਮ ਸੀ, ਮੈਂ ਉੱਠਿਆ, ਮੈਂ ਕਿਹਾ ਹੁਕਮ ਕਰੋ ਮੇਰਾ ਸਾਹਿਬ, ਕਿਸ ਤਰ੍ਹਾਂ ਯਾਦ ਕੀਤਾ? ਕਹਿੰਦੇ ਯਾਰ ਮੈਂ ਤੈਨੂੰ ਕੰਮ ਕਿਹਾ ਸੀ। ਮੈਂ ਕਿਹਾ ਹਾਂ ਮੈਨੂੰ ਯਾਦ ਹੈ, ਮੈਂ ਕਿਸੇ ਅਫਸਰ ਦੀ ਡਿਊਟੀ ਲਾਤੀ ਹੈ, ਹੋਪਫੁਲੀ ਕੱਲ੍ਹ ਤੱਕ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਕੀ ਹੈ ਰੀਸ। ਕਹਿੰਦਾ ਜੀ ਮੈਨੂੰ ਤਾਂ ਨੀਂਦਰ ਨਹੀਂ ਆ ਰਹੀ, ਮੈਨੂੰ ਕਿਸੇ ਨੇ ਦੱਸਿਆ ਕਿ ਇਹ ਕੰਮ ਗਲਤ ਹੈ। ਅੱਛਾ ਜੀ। ਤੇ ਕੰਮ ਜਿਹੜਾ ਆ ਇਹ ਕਿਤੇ ਗਲਤ ਕੰਮ ਨਾ ਹੋ ਜਾਏ ਮੇਰੇ ਕਹਿਣ ਤੇ। ਅੱਛਾ ਜੀ। ਹਾਂਜੀ। ਤੇ ਰਿਸ਼ਤੇਦਾਰ ਰੁੱਸ ਜਾਏ, 100 ਵਾਰੀ ਰੁੱਸ ਜਾਏ, ਤੁਸੀਂ ਕੰਮ ਇਨਸਾਫ ਕਰਨਾ। ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ, ਤੁਸੀਂ ਵਰੀ ਨਾ ਕਰੋ। ਕਹਿੰਦੇ ਨਹੀਂ ਜੀ ਤੁਸੀਂ ਇੱਕ ਵਾਰੀ ਨਾ
मैं तुहानू थोड़ी देर बाद टैलीफोन कर लैना, एक बार उस अफसर नू कह दिओ कि एक काम कितने गलत हो ना जाए। मैं उन्होंने फोन किया, फिर उन्हों का फोन आया, वह कह लगे हुण मैं आराम नाल सौ सकना कि मैं किसी बंदे का गलत काम नहीं कर रहा। सो इस तरह ही जिहड़े एक तुड़ साहब दीआं तां अनेकां ही बातां ने जी। एक बार असीं उन्हां दे पिंड च स्टाफ का रेड करा दिता, थोड़ी शराब निकलती सी घोड़ियां वाले बड़े होंदे सीगे, उन्होंने मैं जहाज उतर जाता सी ते मैं उन्होंने जाके मन च हुंदा सी जिस व्यक्ति ने कैरों साहब नूं हरा दिता, जिस बंदे ने एडी वड्डी एक राजनीतिक शक्ति है उहदे दर्शन तां करिए, ते मैं उन्होंने घर चला गया। उन्होंने आम माड़े जट्टां नालों भी माड़ा घर हुंदा सी उन्हां दा, एक मैंबर पार्लीमेंट अकाली दल दे प्रधान दा कोई उचेच नहीं सी, मिट्टी दा ही घर बणिया सीगा बहुता। तो उन्होंने चाह पानी बना के इज्जत माण किया, तो मैं उन्होंने पां चार वारी आख्या, मैं जस तुहाडे पिंड च रेड किया वो नहीं बोले। तो उन्होंने बेटे ने मैनू कहा जी असी इस काम च दखल अंदाजी नहीं करते। तो जदों असी उन्होंने चाह पानी पिया के तुरन लगे तो मैनू कहन लगे भी सरदार साहब ये जिहड़े नशे है ये पुलिस की मर्जी नाल तो बिना तो विक नहीं सकते, तो असी केवल इन्ना चाहते हैं भी जिहड़ा पुलिस अफसर इन्हां दे नाल रलिया ना तुसी उहदे खिलाफ भी एक्शन लवो। अच्छा। असी कोई बंदा नहीं छडाउणा चाहते, असी एप्रीशिएट करते हैं कि तुसी आ के ये काम किया। सो ऐसे जिथे कि चंगे काम च लोड़ हुंदी सी उहनां नूं कहण दी लोड़ नहीं सी हुंदी, वह आप टैलीफोन करते आप मिलते सी आके कहते पुत्रो असी चाहते हैं कि समगलरां दे पैसों नाल सरकार नहीं चलनी चाहिए, असी चाहते हैं लोगों को इंसाफ मिलना चाहिए, जदों तक इंसाफ हुंदा है असी तुहाडे नाल खड़े। वह किरदार वाले जिहड़े लोग सीगे तुसीं ब्रिजभूषण मेहरा जी की गल की तुड़ साहब की गल की लालपुरा साहब हुण वह वापस कितने आ सकते, कोई दीदा मौजूदा पॉलिटिशियनां दे विचों कोई इदां दा होवे इस इखलाक दा? गल है जी जिस तरह का कोई चीज़ उपरों बनाना चाहता है उस तरह की बनेगी। दूजी गल है लोग की चाहते हैं, लोग जिहड़े आ हुण शराबां मंगदे आ वोटां ते, तुहाडा पॉइंट बिल्कुल सही है, पुलिस दे इखलाक की गल करदे हो, लीडरां दे इखलाक, लोकां दा इखलाक की रह गया? लोग देखो लोगों ने जदों नशे आ हुण भी पिछे असी तां नशियां दे खिलाफ अपने इलाके च मुहिम चलाई सी आनंदपुर साहब दे एरिए दे विच बहुत वड्डी, लेकिन हुण भी आ जिहड़ियां जिहड़ियां तुहाडियां ब्लॉक समिति दीआं ते जिला परिषद दीआं चोणां होईआं उहदे ढाई ढाई तीन तीन लख रुपए दे आम आदमी ने भी शराब वंडी है, दूजे नशे भी वंडे आ। जे लोग ही अपनी आत्मा बेच लैणगे फिर आपां दूजिआं तों की आस करदे आ कि इह चंगे बणगे? जिस तरह दा तुसीं जे इह तुसीं लोकां नूं सोचणा चाहीदा कि असी नशे नहीं करने। दूजी गल है किसी बंदे दा पिछोकड़ तां वेखो जी, असी अगे जिहड़े आ कोई जानवर भी खरीदा सी वह कोशिश करते कि इहदा वेखीए कि पहला हलता वाह दा भी है कि नहीं, या दुध दिंदी भी है इहदी मां के लत्तां ही मारदी है। तो असी जिस बंदे नूं अपना पावर ऑफ अटॉर्नी दे रहे हैं, जिस बंदे नूं असी मुख्तियार बना रहे हैं अपना, और पांच साल तक असी उहनूं बदल नहीं सकते, उहदे बारे पता तो कर लो उहदा पिछोकड़ की है। बहुत बहुत प्यारी गल जिहड़ी तुसीं कही कि जे मझ भी खरीदे तो उहदी भी नसल देखी जाती सी भी कि नसल की है। तो अज जदों पॉलिटिशियन जिहड़ा जी वह चुनना जिन्हों तुसीं चाहे वह सरपंची तो तुसीं शुरू कर लो उपर तक, उहदा यह भी नहीं जाणिया जांदा कि यह आके जिहड़ा जी अपना ढिड जिहड़ा जी वह भरूगा जां की करूगा। ये जिहड़ी गेम है सियासत की वह दो ला के 200 बनाउण वाली जिहड़ी जी वह बन गई। एक छोटी जी ब्रेक उस तो बाद असीं वापस परत रहे हैं। नौजवानी के बारे दे विच भी मैं उन्होंने तो जरूर जिहड़ा जी वह जानना चाहूँगा कि किधर नूं साडे जिहड़े नौजवान तबका बड़ी तेजी दे नाल जा रहा, हुण तां सरकार भी कहिंदी आईलैट्स असीं करा दांगे तुसीं जाण वाले बणो। एक छोटी जी ब्रेक तो बाद वापस परत रहे हैं। स्वागत है जी एक बार फिर थोड़ा ब्रेक तो बाद। फायर लाइन के इकबाल सिंह जी मौजूद ने, रिटायर्ड IPS ने, साहित्यकार ने, और पंजाब की नबज़ नूं जिहड़ा जी वह जानते हैं, जिहड़े फिक्रमंद लोग जिन्हां दा मैं अक्सर प्रोग्रामां च जिक्र जिहड़ा जी वह करदा है कि वह लोग जिहड़े इंटलैक्चुअल ने हर पक्षों उन्हां दी कही हुई गल का असर हुंदा पर वह चुप रह जांदे, चुप बोलते नहीं गे, पर कम से कम लालपुरा साहब उन्हां लोकां दे विचों नहीं, वह कंटीन्यूज़ लिखते ने, डट के लिखते हैं, चाहे वह सोशल मीडिया उत्ते चाहे अखबारों के उन्होंने जोड़े आर्टिकल है वो लगातार जोड़ा जी वो छपते हैं। गंभीर इशू जिधर तुम भी गल की नशे वाले साइड के उत्ते जी जी वो जाँच है वो चली जाती है, हाई कोर्ट के चिट्ठिया पे केंद्र जी अजे करते हैं करा वक्रा करना की करना, ये दौरान निरंजन सिंह होर अस्तीफा जोड़ा जी वो आ जाता है।
ਇਹ ਸਾਰਾ ਕੁਛ ਤੁਸੀਂ ਅੰਦਰੋਂ ਜਾਣਦੇ ਹੋ ਔਰ ਅੱਜ ਤੱਕ ਦਾ ਰਿਕਾਰਡ ਹੈ ਉਹ ਜਿਹੜੀ ਤੁਸੀਂ ਹੈਰੋਇਨ ਫੜੀ ਸੀਗੀ ਉਨੀ ਫੜੀ ਨਹੀਂ ਜਾ ਸਕੀ ਮੁੜ ਕੇ ਜਿਸ ਜਿੰਨੀ ਕੁਆਲਿਟੀ ਦੇ ਵਿੱਚ ਤੁਸੀਂ ਜਿਹੜੀ ਉਹ ਫੜੀ ਸੀਗੀ ਬਹੁਤ ਮਤਲਬ ਕਿ ਉਹ ਸ਼ਾਬਾਸ਼ੀ ਵਾਲੀ ਜਿਹੜੀ ਉਹ ਗੱਲ ਸੀਗੀ ਇਹ ਸਾਰੇ ਕਿੱਥੇ ਜਿਹੜਾ ਜੀ ਇਹ ਗੱਲ ਜਿਹੜੀ ਉਹ ਜਾ ਰਹੀ ਹੈ ਕੀ ਕੁਛ ਬਣ ਸਕਦਾ ਹੈ ਪੰਜਾਬ ਬਚ ਸਕਦਾ ਹੈ ਵੇਖੋ ਪੰਨੂ ਸਾਹਿਬ ਇੱਕ ਗੱਲ ਬੜੀ ਸਪਸ਼ਟ ਹੈ ਜਿੱਥੇ ਚਾਨਣ ਹੈ ਉੱਥੇ ਹਨੇਰਾ ਨਹੀਂ ਹੋ ਸਕਦਾ ਜੀ ਜਿੱਥੇ ਹਨੇਰਾ ਹੈ ਉੱਥੇ ਚਾਨਣ ਨਹੀਂ ਹੋ ਸਕਦਾ ਜੇਕਰ ਅਸੀਂ ਬੱਤੀ ਜਗਾਵਾਂਗੇ ਲਾਈਟ ਲੈ ਕੇ ਚੱਲਾਂਗੇ ਅਤੇ ਮੈਂ ਸਮਝਦਾ ਇਹ ਸਭ ਕੁਛ ਹੋ ਸਕਦਾ ਅਸੀਂ ਕੰਟਰੋਲ ਹੋ ਸਕਦਾ ਅਸੀਂ ਗੱਲ ਨਹੀਂ ਕੋਈ ਚੀਜ਼ ਆਊਟ ਆਫ ਕੰਟਰੋਲ ਨਹੀਂ ਨੈਗੇਟਿਵ ਨਹੀਂ ਹੋਣਾ ਚਾਹੀਦਾ ਗੱਲ ਅਸਲੀ ਇਹ ਹੈ ਕਿ ਅਸੀਂ ਉਸ ਰਾਹ ਤੁਰਨਾ ਨਹੀਂ ਚਾਹੁੰਦੇ ਜੀ ਨਾ ਤੁਰੇ ਹਾਂ ਮੈਂ ਇੱਕ ਤੁਹਾਨੂੰ ਮਾਫ਼ ਕਰਨਾ ਤੁਸੀਂ ਗੱਲ ਕਰ ਰਹੇ ਸੀ ਹੀਰੋਇਨ ਫੜਨ ਦੀ ਮੈਂ 1987 ਦੇ ਵਿੱਚ 83.6 ਕਿਲੋਗ੍ਰਾਮ ਹੀਰੋਇਨ ਫੜੀ ਸੀ ਮੁਲਜ਼ਮ ਸਜ਼ਾ ਵੀ ਹੋ ਗਿਆ ਬੜੀ ਕੋਸ਼ਿਸ਼ ਕੀਤੀ ਸਰਕਾਰ ਨੇ ਉਹਨਾਂ ਨੂੰ ਬਰੀ ਕਰਾਉਣ ਦੀ ਅੱਛਾ ਜੀ ਉਦੋਂ ਵੀ ਉਦੋਂ ਬੜੀ ਕੋਸ਼ਿਸ਼ ਕੀਤੀ ਇੱਕ 1987 ਦੀ ਮੈਂ 1997 ਦੀ ਗੱਲ 97 ਦੀ 97 ਦੀ ਗੱਲ ਕਰ ਰਹੀ ਮੈਂ ਉਦੋਂ SSP ਤਰਨ ਤਾਰਨ ਸੀ ਜੀ ਉਹਦੇ 'ਚ ਮੈਨੂੰ ਅਗਲੇ ਦਿਨ ਬਦਲ ਵੀ ਦਿੱਤਾ ਕੋਈ ਗੱਲ ਨਹੀਂ ਇਹ ਤਾਂ ਇੱਕ ਰੂਟੀਨ ਹੈ ਔਰ ਉਸ ਤੋਂ ਬਾਅਦ ਕਈ ਕੁਛ ਹੋਇਆ ਉਹਦੇ 'ਚ ਜਿਹੜਾ ਅਸੀਂ ਕਹਿ ਸਕਦੇ ਹਾਂ ਬਦਲਾਉਣ ਵਾਸਤੇ ਫਿਰ ਮੈਂ ਕਪੂਰਥਲੇ ਸੀ ਫਿਰ ਅਸੀਂ 55 ਕਿਲੋ ਫਿਰ ਹੀਰੋਇਨ ਫੜੀ ਕਹਿੰਦੇ ਸੀ ਕਿ 10% ਇਨਾਮ ਦੇਵਾਂਗੇ ਅਤੇ ਜੇ ਉਸ ਤਰ੍ਹਾਂ ਦੇ ਇਨਾਮ ਹੁੰਦੇ ਤਾਂ ਅਸੀਂ ਬੜੇ ਅਮੀਰ ਆਦਮੀ ਹੋਣਾ ਸੀ ਹਾਂਜੀ ਅਤੇ ਗੱਲ ਇਹ ਹੋਈ ਉਹ ਫਾਈਲਾਂ ਕਿੱਥੇ ਗੁਆਚ ਗਈਆਂ ਅੱਜ ਤੱਕ ਨਹੀਂ ਪਤਾ ਲੱਗਾ ਅਤੇ ਇਸ ਗੱਲ ਨੂੰ 21-22 ਸਾਲ ਹੋ ਚੱਲੇ ਆ ਅੱਛਾ ਜੀ ਲੇਕਿਨ ਅਸੀਂ ਹੀਰੋ ਕੌਣ ਬਣਦੇ ਆ ਇੱਕ ਬੰਦੇ ਨੇ ਕਿਹਾ ਜੀ ਮੇਰੇ ਕੋਲ ਲਿਸਟ ਆ ਉਹ ਲਿਸਟਾਂ ਤਾਂ CID 'ਚ ਹਰ ਸਾਲ ਹੀ ਬਣਦੀਆਂ ਹਰ ਮਹੀਨੇ ਬਣਦੀਆਂ ਮੈਂ ਇੱਕ ਵਿੱਚ ਇੱਥੇ ਸੀਗਾ ਇੱਕ ਚੰਡੀਗੜ੍ਹੀ ਡਾਕਟਰ ਧਰਮਵੀਰ ਹੋਰਾਂ ਨੇ ਗਾਂਧੀ ਸਾਹਿਬ ਨੇ ਕਰਾਇਆ ਸੀ ਪ੍ਰੋਗਰਾਮ ਅਤੇ ਮੈਂ ਉਹਦੇ 'ਚ ਕਿਹਾ ਸੀ ਆਹ ਲਿਸਟ ਮੇਰੇ ਕੋਲ ਵੀ ਪਈ ਹੈ ਯਾਰ ਜਿਹਨੂੰ ਚਾਹੀਦੀ ਲੈ ਲਓ ਉਹ ਸੀ 5 ਸਾਲ ਹੋ ਗਿਆ 6 ਸਾਲ ਉਹ ਹਾਈ ਕੋਰਟਾਂ ਦੇ ਵਿੱਚ ਵੀ ਉਹ ਲਿਸਟ ਨਹੀਂ ਨਿਕਲੀ ਹਾਂਜੀ ਉਹ ਲਿਸਟ ਕਿਹਦੇ ਕੋਲ ਹੈ ਅਤੇ ਕੀ ਲਿਸਟ ਹੈ ਉਹ ਸਾਰਿਆਂ ਦਾ ਬੇਵਕੂਫ ਬਣਾ ਕੇ ਉਹ ਵਿਅਕਤੀ ਅਮੀਰ ਵੀ ਬਣ ਗਿਆ ਪਾਪੂਲਰ ਵੀ ਹੋ ਗਿਆ ਅਤੇ ਜਦੋਂ ਉਹਨੇ ਮਾਫ਼ੀ ਮੰਗੀ ਅਤੇ ਕਿਸੇ ਨੇ ਉਹਨੇ ਇਹ ਨਹੀਂ ਆਖਿਆ ਵੀ ਫਿੱਟੇ ਮੂੰਹ ਤੇਰਾ ਇਹ ਕੀ ਕੀਤਾ ਗੱਲ ਇਹ ਹੈ ਕਿ ਜਿਹੜਾ ਅਸੀਂ ਸਾਡੀ ਜਿਹੜੀ ਲੋਕਾਂ ਦੀ ਸੋਚ ਹੈ ਉਹ ਮੀਡੀਆ 'ਤੇ ਆਧਾਰਿਤ ਹੈ ਅਤੇ ਜਿਹੜਾ ਮੀਡੀਆ ਉਹ ਉਸ ਬੰਦੇ ਨੂੰ ਪ੍ਰੋਜੈਕਟ ਕਰੇਗਾ ਜਿਹੜਾ ਉਹਨਾਂ ਨਾਲ ਕੋਆਪਰੇਟ ਕਰੇ ਗੁੱਸਾ ਨਾ ਕਰਿਓ ਬਿਲਕੁਲ ਲੇਕਿਨ ਜਿਹੜੀ ਸੱਚ ਹੈ ਜੇ ਤੁਸੀਂ ਸੱਚੇ ਲੋਕਾਂ ਨੂੰ ਚੰਗੇ ਰਾਮ ਨੂੰ ਜਿਹੜੇ ਲੋਕਾਂ ਨੇ ਮੈਂ ਨਹੀਂ ਕੰਮ ਕੀਤਾ ਉੱਥੋਂ ਦੀ ਪੁਲਿਸ ਨੇ ਕੰਮ ਕੀਤਾ ਉੱਥੇ ਦੇ ਜਵਾਨਾਂ ਨੇ ਕੰਮ ਕੀਤਾ ਜੇ ਉਹਨਾਂ ਨੂੰ ਐਪਰੀਸ਼ੀਏਟ ਕਰੋਗੇ ਅੱਗੇ ਵਧਾਓਗੇ ਤੇ ਇੱਕ ਨੂੰ ਜੇ ਚੰਗੇ ਨੂੰ ਵਧਾਓਗੇ ਤੇ ਲੋਕ ਚੰਗੇ ਪਾਸੇ ਤੁਰਨਗੇ ਜੇ ਮਾੜੇ ਦੀ ਪਿੱਠ ਤੇ ਹੱਥ ਰੱਖੋਗੇ ਜਿਨ੍ਹਾਂ ਨੇ ਆਪ ਕਹਿੰਦੇ ਸੀ ਇੱਕ ਤਰਨ ਤਾਰਨ SSP ਹੁੰਦਾ ਸੀ ਉਹਨੇ ਕਿਸੇ MLA ਦੀ 6 ਕਿਲੋ ਫੜ ਲਈ ਇੱਕ ਮਿੰਟ ਹੋਲਡ ਰੱਖਣਾ ਜੀ ਮੈਂ ਥੋੜੀ ਕਾਲ ਬਾਰ ਬਾਰ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਹਾਂਜੀ ਗਵਰਨਮੈਂਟ ਚਲਾਉਂਦੀ ਆ ਉਹ ਠੀਕ ਆ ਜਿਹੜੇ ਨਸ਼ੇ ਗਵਰਨਮੈਂਟ ਨਹੀਂ ਅਲਾਓ ਕਰਦੀ ਉਹਦੀ ਆਪਾਂ ਗੱਲਾਂ ਕਰਦੇ ਆ ਆਪਾਂ ਦੂਜੇ ਨਸ਼ੇ ਦੀ ਕੋਈ ਨਹੀਂ ਗੱਲਾਂ ਕਰਦੇ ਤੇ ਅੱਛਾ ਜੀ ਗਵਰਨਮੈਂਟ ਕਿਹੜੇ ਚਲਾਉਂਦੀ ਸ਼ਰਾਬ ਦੀ ਗੱਲ ਕਰਦੇ ਹੋ ਹੁਣ ਸ਼ਰਾਬ ਦੀ ਗੱਲ ਕਰਦੇ ਆ ਆਪਾਂ ਹਨਾ ਸ਼ਰਾਬ ਪੀ ਕੇ ਵੀ ਕਿੰਨੇ ਲੋਕ ਮਰਦੇ ਆ ਹਨਾ ਸਾਰੇ ਕਿਤੇ ਨਹੀਂ ਨਸ਼ਿਆਂ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਸਿਰਫ ਕੋਈ ਉਹਨਾਂ ਨੇ ਚਿੱਟੇ ਦੀ ਗੱਲ ਤਾਂ ਕੀਤੀ ਨਹੀਂ ਨਸ਼ਾ ਤਾਂ ਓਵਰਆਲ ਕੋਈ ਵੀ ਜਿਹੜਾ ਜੀ ਮਾੜਾ ਤਾਂ ਨਸ਼ਿਆਂ ਦੀ ਗੱਲ ਕੀਤੀ ਹੈ ਉਹਨਾਂ ਨੇ ਜੇ ਤੁਸੀਂ ਸ਼ਾਇਦ ਨਹੀਂ ਤੁਸੀਂ ਮੇਰਾ ਗੱਲ ਨਾ ਉਲਟ ਪਾਸੇ ਲੈ ਗਏ ਉਹਨਾਂ ਨੇ ਤਾਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀਗੀ ਕਿ ਜਿਹੜੀ ਸ਼ਰਾਬ ਲੈ ਕੇ ਜਿਹੜੀਆਂ ਵੋਟਾਂ ਜਿਹੜੇ ਪਾ ਦਿੰਦੇ ਨੇ ਲੋਕ ਉਹ ਸ਼ਰਾਬ ਦੀ ਹੀ ਉਹਨਾਂ ਨੇ ਗੱਲ ਕੀਤੀ ਸੀਗੀ ਜੀ ਲਾਲਪੁਰਾ ਸਾਹਿਬ ਨੇ ਉਹਨਾਂ ਨੇ ਤਾਂ ਕਿਤੇ ਨਹੀਂ ਇਹ ਕਿਹਾ ਕਿ ਆਹ ਜਿਹੜਾ ਨਸ਼ਾ ਆ ਅਸੀਂ ਇਹਦੀ ਜਿਹੜੀ ਉਹ ਗੱਲ ਕਰ ਰਹੇ ਹਾਂ ਮਾਫ਼ੀ ਚਾਹੁੰਦਾ ਜੀ ਵਿੱਚੋਂ ਜਿਹੜਾ ਜੋ ਘਟਨਾ ਪੈ ਗਿਆ ਵਾਰ ਵਾਰ ਜਿਹੜੀ ਉਹ ਫੋਨ ਆ ਰਿਹਾ ਸੀਗਾ ਉਹਨਾਂ ਨੂੰ ਕਿਤੇ ਭੁਲੇਖਾ ਜਿਹੜਾ ਜੀ ਲੱਗਿਆ ਤੁਸੀਂ ਤਾਂ ਸਟਾਰਟਿੰਗ ਹੀ ਇੱਥੋਂ ਜਿਹੜੀ ਕੀਤੀ ਸੀ ਓਵਰਆਲ ਨਸ਼ਾ ਜਿਹੜਾ ਜੀ ਉਹ ਮਾੜਾ ਕਿਵੇਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਇੱਥੋਂ ਸਰਕਾਰ ਨੂੰ ਰੈਵਨਿਊ ਹੈ ਇਸ ਕਰਕੇ ਇਹ ਚੱਲਣ ਦਿਓ ਤੁਸੀਂ ਗੱਲ ਸੁਣਾ ਰਹੇ ਸੀ ਜੀ ਗੱਲ ਇਹ ਜੀ ਕਿ ਜਿਹੜਾ ਨਸ਼ਿਆਂ ਦੇ ਗੱਲ ਕਰ ਰਹੇ ਉਹ ਵੀ ਠੀਕ ਹੈ ਉਹਨਾਂ ਦੀ ਗੱਲ ਮੈਂ ਜਵਾਬ ਦਿੰਦਾ ਕੋਈ ਐਸੀ ਗੱਲ ਨਹੀਂ ਦੇਖੋ ਨਸ਼ਾ ਜਿਹੜਾ ਗੋਲੀਆਂ ਕੈਪਸੂਲ ਇੰਜੈਕਸ਼ਨ ਇਹ ਸਿਹਤ ਵਾਸਤੇ ਜ਼ਰੂਰੀ ਵੀ ਨੇ ਇਸੇ ਕਰਕੇ ਬਣਦੇ ਆ ਲੇਕਿਨ ਇਹਨਾਂ ਦਾ ਗਲਤ ਇਸਤੇਮਾਲ ਹੋ ਰਿਹਾ ਇਹ ਜਿਹੜਾ ਹੈਲਥ ਡਿਪਾਰਟਮੈਂਟ ਦਾ ਕੰਮ ਹੈ
जो ये काम सारा टोटल फेलियर हो गई जिहड़े नशे है साडे इलाके च कितें एक ठेका शराब दा हुंदा सी हुण घर दी सप्लाई हो रही है। गल तां इह वी सरकार जिहड़ी है उहनूं कोई अल्टरनेटिव जिहड़ा दो क्यों नशियां वाले पासे आ रहे नौजवानी क्यों नशियां वाले पासे है। एक तां इहनूं धंधा बन गया भावें उह शराब दा ठेका होवे ते भावें हीरोइन दी सप्लाई होवे ते भावें गोलियां ते कैप्सूल ते दूजियां मेडिकल स्टोरां दा इह सारा इक बिजनेस बन चुका है और इह लाहेवंद बिजनेस दे विच कौन कौन भाईवाल है और किस तरह यह उन्होंने सहमति नाल उस इलाके चल रहा है। साडे तां पंजाब च माइनिंग नहीं बंद हुई जी, माइनिंग एक बहुत वड्डा धंधा बन चुका है इलीगल माइनिंग। माइनिंग तां जरूरी है, लोकां दा समान कित्थों आएगा, पत्थर बजरी रेता कित्थों आएगा, लेकिन जिहड़ी लीगल माइनिंग होवे उह तां ठीक है, लेकिन असीं की गौरमेंट इह गुंडा टैक्स इकट्ठा करदी है, गौरमेंट गुंडियां नूं पनाह दे रही है। पर सर ये तो उही गल फिर उत्थी जिहड़ी आ जांदी इखलाक वाली कि मशीनां जिहड़ियां उह चलदियां ने माइनिंग दियां जिहड़े सरकार चों जांदे आ उहनां दियां बंद हो, इह वी कहा जांदा वी मशीनां नवीं आई सरकार वाले खरीद लैंदे आ उहदे जिहड़े पॉलिटिशियन ने। नहीं नहीं इस तरह की गल नहीं पन्नू साहब, मैं तुहानूं थोड़ा जिहा क्लीयर करदा, उह रेट दा फर्क पै जांदा जिहड़ा वड्डा हिस्सा रूलिंग पार्टी नूं जाण लग पैंदा, जिहड़ा थोड़ा आ उह पुराणे नाल वी उह बना के रखदे आ ते इसे करके कोई ना कोई पिछे तो वो दे है ना जी मंत्री जा बिना तो कोई क्राइम पन्नू साहब बिना पुलिस दी नलैकी या एडमिनिस्ट्रेशन दी नलैकी जिवें हुण मैं एक तुहानूं गल सुणाउणा आपां लैके मेडिकल स्टोरां दी गल कर लें जी, अद्धे इन्ने पिंडां च डॉक्टर नहीं हैगे जिन्ने मेडिकल स्टोर है, मेडिकल स्टोर ने और इन्ने मेडिकल स्टोर सारे लीगल हैगे ये भी सच नहीं, और जिहड़ा ड्रग इंस्पैक्टर है वह किस तरह उन्होंने अलाउ करता या किवें हैल्थ डिपार्टमेंट अलाउ करता साडे सारयां दे सामने है। सो गल ये है कि जब तक सरकार की नलैकी या सरकारी तंत्र का उन्होंने हाथ ना मिलिया होवे उदों तक कोई क्राइम मैं समझना हो ही नहीं सकता, नशे भी बंद हो सकते हैं, सब कुछ बंद हो सकता, सब कुछ हो सकता जे अच्छे लोगों नू मिलो, अच्छे लोगों नू नाल लवो ते जिहड़ा माड़ा बंदा है वह तुहाडे तो डरे ते फिर क्राइम नू कंट्रोल करना कोई बहुत औखा काम नहीं है। सर फिर ये जिहड़ा सवाल पैदा हुंदा जी क्योंकि जिन्हां ने ये ढांचा बनाउणा आ जिन्हां ने कानून बनाउणे आ क्योंकि बनाउणे तां सरकार ने जी, जे चाहे आपां नशियां दी गल सी तुसीं वी उहदे विच काफ़ी जिहड़ा जी वो रहे जिहड़े नशियां दे विरोध दे विच जिहड़े खड़न वाले लोग ने हुण वी अजे वी जिहड़ा वो एक्टिव हो, देखो उदों वी इह गल तुरी जदों मरो जां विरोध करो लोग कहिंदे जी तुसीं मुख्यमंत्री नूं मिलण क्यों गए, मेरा उदों वी सवाल इह सीगा देखो बंद तां सरकार ने करने आ, असीं कोई डांग लै के जां बंदूक लै के थोड़ी नहीं बंद कराउणे आ, उह साडी जॉब नहीं गी, असीं तां अवेयरनैस जिहड़ी उह क्रिएट कर सकदे आ। हुण सवाल ये आउंदा जी कि जित्थों आपां गल स्टार्ट कीती उत्थे फिर आ जांदी मुड़ के कि जिहड़े इखलाक वाले नेता ने वो लभणे पैणगे तुहानूं किते पोलीटिकल ढांचा जिहड़ा जी उहनूं बदलना पऊगा जिहदे करके वो लोग उत्थे आउण फिर वो कानून लिआउण ते गांह इंप्लीमेंट जदों उपर जिहड़ी आ जी वह करप्शन नहीं होगी जिहड़ी तुसीं माइनिंग की गल की आ ते फिर हेठां किवें आजूगी जी, जी किवें ढांचा किवें बदले। ये दो गल्लां पन्नू साहब मैं तुहानूं सांझियां करांगा, एक पहली गल तां साडे हिंदुस्तान दे सिस्टम दे विच पार्टियां दिल्ली तो या चंडीगढ़ तो बह के कैंडीडेट जिहड़ियां वो सिलैक्ट करदियां जी, लोग पार्टी इलैक्ट करते जी कैंडीडेट नहीं इलैक्ट करते, कैंडीडेट तो भावें कोई माझे तो आके ते इत्थे दुआबे च लड़ लै जिहनूं जाणदा ही कोई नहीं हुंदा उत्थे या दिल्ली जित जांदा वी जाणदा नहीं हुंदा जाणदा कोई नहीं, नहीं 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 वो कारण यह है कि वह जिहड़ा है ना असीं पार्टी नूं वेने हैं भी इन कर लीए हूँ वो पार्टी हूँ ना किसी लीए चंगी गल नहीं, तो इस तरह का भी हो जाता भी बंदा उतों का पार्टी ने सिलैक्ट करके भेजता, लोगों ने पार्टी दे वेख के जी फलाने ने गल की इलैक्ट कर लिया, वो बंदा इस वेले हालत यह है भी साढ़े इलाके वह बंदे लोगों ने कुट दिता एम एल ए साहब न, मुड़ के ज्यों बारी आई तो इस वारी ब्लॉक समिति दे विच एक कैंडीडेट भी वह जिता नहीं सके या खड़ा कर सके। सो यह सिचुएशन कारण की है कि जदों लोग अपना नुमाइंदा आप चुनगे आप इलैक्ट करे आप ही सिलैक्ट करे, हुण सिलैक्शन पार्टी हाई कमांड की है जिहड़ी है इलैक्शन है वह लोगों वल्लों हुंदा, तो जे यह बड़ा वड्डा गैप है। दूजी गल जिहड़े लोग है उन्हां च लीडरशिप क्वालिटी बहुत घट लोगों हुंदी है, जिहड़े मैं समझना जे 5% लोगों च लीडरशिप क्वालिटी है इन्हां च 2.5% चंगे है ते 2.5% माड़े है, 95% तां फॉलोअर ही है जिहड़े पिछे इलाके चलण वाले हुंदे है,
ਭਗਤ ਬਣ ਗਏ ਸਾਰੇ ਭਗਤ ਬਣ ਗਿਆ ਜੋ ਮਰਜ਼ੀ ਸ਼ਬਦ ਉਹਨਾਂ ਲਈ ਵਰਤ ਲਓ ਨਹੀਂ ਉਹਨਾਂ ਨੇ ਪਿੱਛੇ ਲੱਗ ਕੇ ਚੱਲਣਾ ਹਾਂਜੀ ਜਿਹੜੀ ਆਮ ਪੇਂਡੂ ਜ਼ਬਾਨ ਚ ਕਹਿੰਦੇ ਜੀ ਇਹ ਭੇਡਾਂ ਆ ਜਿਹੜੇ ਅੱਗੇ ਲੱਗ ਕੇ ਵਿਚਾਰੇ ਜੇ ਤਾਂ ਚੰਗੇ ਅੱਗੇ ਲੱਗ ਜਾਣ ਤੇ ਸਾਰਾ ਸਮਾਜ ਵਿਦੇਸ਼ਾਂ ਦੀ ਤਰ੍ਹਾਂ ਚੰਗਾ ਨਜ਼ਰ ਆਏਗਾ ਲੇਕਿਨ ਉੱਥੇ ਵੀ ਲੀਡਰਸ਼ਿਪ ਸਾਰਿਆਂ ਚ ਨਹੀਂ ਹੈਗੀ ਤੇ ਜਿਹੜਾ ਜੇ ਮਾੜੇ ਅੱਗੇ ਲੱਗ ਜਾਣ ਤਾਂ ਸਾਰਾ ਸਮਾਜ ਮਾੜਾ ਨਜ਼ਰ ਆਏਗਾ ਕਿਉਂਕਿ ਲੋਕਾਂ ਨੂੰ ਤਾਂ ਕੰਮ ਕਰਾਉਣੇ ਆ ਜਿਸ ਬੰਦੇ ਨੇ ਬੜੀ ਵੱਡੀ ਇੱਕ ਬੰਦਾ ਮੈਨੂੰ ਕਹਿ ਰਿਹਾ ਸੀ ਬੜਾ ਅਸੂਲ ਪ੍ਰਸਤ ਆ ਤੇ ਉਹ ਕਹਿ ਰਿਹਾ ਸੀਗਾ ਜੀ ਮੈਨੂੰ ਡੀਸੀ ਨਾਲ ਕੰਮ ਸੀ ਰੋਪੜ ਨਾਲ ਤੇ ਮੈਂ ਉਹਨੂੰ ਅਪਰੋਚ ਕਰਾਇਆ ਮੰਤਰੀ ਜੀ ਤੋਂ ਤੇ ਉਹ ਡੀਸੀ ਨੂੰ ਮਿਲਣ ਗਿਆ ਡੀਸੀ ਨੇ ਆਖਿਆ ਕਿ ਜੇ ਤੂੰ ਮੈਨੂੰ ਮੰਤਰੀ ਤੋਂ ਦੁਬਾਰਾ ਟੈਲੀਫੋਨ ਕਰਾਇਆ ਨਾ ਮੈਂ ਤੇਰੀ 6 ਮਹੀਨੇ ਫਾਈਲ ਨਹੀਂ ਕੱਢਣੀ ਤੇ ਉਹਦਾ ਰੀਡਰ ਕਹਿਣ ਲੱਗਾ ਵੀ ਭਾਈ ਤੂੰ ਕਿਉਂ ਮੰਤਰੀ ਕੋਲ ਗਿਆ ਮੈਨੂੰ 4 ਪੈਸੇ ਇੱਥੇ ਦੇ ਜਾਂਦਾ ਮੈਂ ਤੇਰੀ ਕਢਵਾ ਦੇਣੀ ਸੀ ਬਿਲਕੁਲ ਕਹਿੰਦਾ ਮੈਂ ਦੁਬਾਰਾ ਮੰਤਰੀ ਕੋਲ ਗਿਆ ਉਹਨੂੰ ਕਿਹਾ ਜੀ ਭਾਈ ਡੀਸੀ ਨੇ ਤੁਹਾਨੂੰ ਗਾਲ ਕੱਢੀ ਹੈ ਕਹਿੰਦਾ ਉਹਦੇ ਮੰਤਰੀ ਦੀ ਹਿੰਮਤ ਨਹੀਂ ਪਈ ਡੀਸੀ ਨੂੰ ਕਹਿ ਸਕੇ ਤੋ ਇਹ ਗੱਲ ਇਹ ਹੈ ਕਿ ਜੇ ਅਸੀਂ ਜਿਹੜੀ ਸਾਡੇ ਲੀਡਰ ਹੈ ਉਹ ਇਸ ਜੇ ਉਹ ਕੱਢ ਗਿਆ ਫਿਰ ਉਹ ਕਹਿਣ ਲੱਗਾ ਮੈਨੂੰ ਅੱਛਾ ਤਰੀਕਾ ਆ ਗਿਆ ਮੈਂ ਕਿਹਾ ਕੀ ਕਹਿੰਦਾ ਮੈਂ ਹੁਣ ਸਾਰੇ ਕੰਮ ਅੰਕਲ ਜੀ ਕਰਾ ਲੈਂਦਾ ਸਾਡੇ ਪਿੰਡ ਦਾ ਹੀ ਮੁੰਡਾ ਅਤੇ ਉਹਦੇ ਹੈਗੀ ਆ ਮਿਲ ਹੈ ਉਹਨੇ ਲਾਈ ਹੋਈ ਅਤੇ ਕਹਿਣ ਲੱਗਾ ਵੀ ਗੱਲ ਇਹ ਹੈ ਕਿ ਪੈਸੇ ਦੇਈਦੇ ਆ ਕੰਮ ਕਰਾ ਦਈਏ ਜੇ ਅਗਲਾ 1000 ਹੋਣਗੇ ਉਹਨੂੰ 1500 ਦੇਈਦਾ ਅਤੇ ਕੰਮ ਹੋ ਜਾਂਦਾ ਬਿਲਕੁਲ ਜੀ ਹਾਂਜੀ ਤੁਹਾਡੇ ਨਾਲ ਫਾਇਰ ਲਾਈਨ ਦੇ ਵਿੱਚ ਇਕਬਾਲ ਸਿੰਘ ਰਿਟਾਇਰਡ IPS ਔਰ ਸਾਹਿਤਕਾਰ ਨੇ ਔਰ ਪੰਜਾਬ ਦੀ ਸਿਆਸਤ ਦੀ ਜਿਹੜੀ ਨਬਜ਼ ਜਾਣਦੇ ਨੇ ਉਹ ਮਹਿਮਾਨ ਮੌਜੂਦ ਨੇ ਜਿਹੜਾ ਲਾਸਟ ਸੈਗਮੈਂਟ ਹੋਊਗਾ ਜੀ ਮੈਂ ਜਾਣਨਾ ਚਾਹੂੰਗਾ ਕਿ ਆਸ ਦੀ ਜਿਹੜੀ ਕਿਰਨ ਹੈ ਉਹ ਨਵੀਂ ਪੀੜ੍ਹੀ ਹੁੰਦੀ ਹੈ ਜੀ ਜਿਨ੍ਹਾਂ ਨੇ ਕੱਲ੍ਹ ਨੂੰ ਆ ਕੇ ਭਲਕ ਨੂੰ ਜਿਹੜਾ ਜੀ ਉਹ ਸਾਰਾ ਕੁਝ ਸੰਭਾਲਣਾ ਪਰ ਉਹ ਜਿਹੜੇ ਤਰੀਕੇ ਦੇ ਨਾਲ ਵਿਦੇਸ਼ਾਂ ਨੂੰ ਜਿਹੜਾ ਜੀ ਉਹ ਜਾ ਰਹੇ ਨੇ ਇੱਥੇ ਇਉਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਫੀਸਰ ਅਤੇ ਹਰ ਜਗ੍ਹਾ ਦੇ ਉੱਤੇ ਜਿਹੜੇ ਚਾਹੇ ਪੋਲੀਟੀਸ਼ੀਅਨ ਨੇ ਆਫੀਸਰ ਨੇ ਉਹ ਅਸੀਂ ਕਿੱਥੋਂ ਲੱਭਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਬ੍ਰੇਕ ਤੋਂ ਬਾਅਦ ਇਕਬਾਲ ਸਿੰਘ ਜੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਫਾਇਰ ਲਾਈਨ ਦੇ ਵਿੱਚ ਰਿਟਾਇਰਡ IPS ਨੇ DIG ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਔਰ ਜਿਵੇਂ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਸਾਹਿਤ ਦੇ ਝੋਲੀ ਦੇ ਵਿੱਚ ਉਹਨਾਂ ਨੇ ਕਿੰਨਾ ਕੁਛ ਜਿਹੜਾ ਜੀ ਉਹ ਪਾਇਆ ਅਜਿਹੇ ਜਿਹੜੇ ਲੋਕ ਨੇ ਉਹ ਚਲੋ ਜੋਬ ਤਾਂ ਉਹਨਾਂ ਨੇ ਜਿਹੜੀ ਜੀ ਉਹ ਕੀਤੀ ਉਹ ਸਮਾਜ ਦੇ ਘਾੜੇ ਵੀ ਨੇ ਜੀ ਜਿਨ੍ਹਾਂ ਨੇ ਸਮਾਜ ਆਉਣ ਵਾਲਾ ਸਮਾਜ ਜਿਹੜਾ ਜੀ ਉਹ ਸਿਰਜਣਾ ਹੁੰਦਾ ਅੱਜ ਪੰਜਾਬ ਨੂੰ ਅਸਲ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਜ਼ਰੂਰਤ ਹੈ ਮੈਂ ਕਹਿੰਦਾ ਹੁੰਦਾ ਕਿ 8-10 ਹੀ ਤਕਰੀਬਨ ਜਿਹੜੇ ਜੀ ਉਹ ਮਿਲ ਜਾਣ ਇਸ ਤਰ੍ਹਾਂ ਦੇ ਇੰਨੇ ਫਿਕਰਮੰਦ ਜਿਹੜੇ ਜੀ ਉਹ ਲੋਕ ਅਤੇ ਬਹੁਤ ਕੁਛ ਜਿਹੜਾ ਜੀ ਉਹ ਬਦਲ ਸਕਦਾ ਕਿਉਂਕਿ ਇਹ ਨਹੀਂ ਹੈਗਾ ਕਿ ਨਹੀਂ ਕੁਛ ਬਦਲ ਸਕਦਾ ਪਰ ਉਹਦੇ ਵਾਸਤੇ ਤੁਹਾਨੂੰ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰਨੀ ਪਊਗੀ ਐਜੂਕੇਟ ਜਿਹੜਾ ਜੀ ਉਹ ਕਰਨਾ ਪਊਗਾ ਉਹਦੇ ਵਾਸਤੇ ਐਜੂਕੇਸ਼ਨ ਢਾਂਚੇ ਦੀ ਗੱਲ ਕਰ ਰਹੇ ਸੀਗੇ ਆਫ ਦੀ ਏਅਰ ਜਦੋਂ ਜਿਹੜਾ ਜੀ ਉਹ ਬ੍ਰੇਕ ਚੱਲ ਰਹੀ ਕਿ ਕਿਤੇ ਨਾ ਕਿਤੇ ਫੋਲਟੀ ਜਿਹੜਾ ਜੀ ਉਹ ਹੈ ਇਹ ਜਿਹੜਾ ਢਾਂਚਾ ਐਜੂਕੇਸ਼ਨ ਦਾ ਜਿਹੜਾ ਢਾਂਚਾ ਜੀ ਅੱਜ ਬੜਾ ਚਰਚਾ ਉਹਦਾ ਜਿਹੜੇ ਟੀਚਰ ਨੇ ਮੈਂ ਤਾਂ ਇਹ ਕਹਿੰਦਾ ਕਿ ਜਿਹੜੇ ਟੀਚਰ ਨੇ ਉਹ ਨੇਸ਼ਨ ਬਿਲਡਰ ਹੁੰਦੇ ਆ ਹਾਂਜੀ ਕਿਸੇ ਵੀ ਨੇਸ਼ਨ ਨੂੰ ਜਿਹੜਾ ਜੀ ਬਣਾਉਣ ਵਾਲੇ ਜਾਂ ਢਾਉਣ ਵਾਲੇ ਉਹ ਵੀ ਸੜਕਾਂ ਦੇ ਉੱਤੇ ਨੇ ਸਾਡਾ ਇਹ ਜਿਹੜਾ ਢਾਂਚਾ ਜਿਹੜਾ ਆਮ ਬੰਦੇ ਦੇ ਵਾਸਤੇ ਸੀਗਾ ਜੀ ਉਹਨੂੰ ਤਬਾਹ ਕਰਨ ਦੇ ਪਿੱਛੇ ਤੁਸੀਂ ਸੋਚਦੇ ਹੋ ਕਿ ਕਿਉਂਕਿ ਮੈਂ ਇਹ ਸੋਚਦਾ ਕਿ ਜਿਹੜੇ ਪੋਲੀਟੀਸ਼ੀਅਨ ਨੇ ਉਹ ਇਹ ਸੋਚਦੇ ਕਿ ਜੇ ਪੜ੍ਹ ਲਿਖ ਗਏ ਸਵਾਲ ਕਰਨਗੇ ਜੋ ਇਸ ਕਰਕੇ ਸਵਾਲ ਕਰਨ ਵਾਲੇ ਉਹਨਾਂ ਨੂੰ ਚਾਹੀਦੇ ਨਹੀਂ ਇਹ ਵੀ ਕਿਤੇ ਨਾ ਕਿਤੇ ਰੀਜ਼ਨ ਹੈ ਕਿ ਉਹ ਢਾਂਚਾ ਜਿਹੜਾ ਤਬਾਹ ਕਰਤਾ ਗਿਆ ਇਸੇ ਕਰਕੇ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਜੀ ਉਹ ਭੱਜ ਰਹੀ ਸਭ ਬਾਹਰ ਨੂੰ ਪੰਨੂ ਸਾਹਿਬ ਮੈਂ ਤੁਹਾਡੀ ਗੱਲ ਦਾ ਜਵਾਬ ਦਿਆਂਗਾ ਪਰ ਮੈਂ ਇਹਨੂੰ ਇੱਕ ਹੋਰ ਗੱਲ ਤੁਹਾਨੂੰ ਕਰਨਾ ਜੀ ਮੈਂ ਇਸ ਗੱਲ ਇਹਦੇ ਨਾਲ ਨਹੀਂ ਕਰ ਰਿਹਾ ਕਿ ਪੋਲੀਟੀਸ਼ੀਅਨ ਨੂੰ ਗੱਲ ਕਰੀਏ ਮੈਂ ਆਮ ਭਾਰਤੀ ਸਮਾਜ ਦੀ ਮਾਨਸਿਕਤਾ ਦੀ ਗੱਲ ਕਰਦਾ ਮੈਂ 1861 ਦੇ ਵਿੱਚ ਪੁਲਿਸ ਐਕਟ ਬਣਿਆ ਉਸ ਪੁਲਿਸ ਐਕਟ ਦੇ ਵਿੱਚ ਇੱਕ IG ਹੋਏਗਾ ਇੱਕ SSP ਹੋਏਗਾ ਇੱਕ DIG ਹੋਏਗਾ ਸਾਰੀਆਂ ਪੋਸਟਾਂ ਇਹ ਹੈ ਆਹ ਕੰਮ ਕਰੇਗਾ ਇਸ ਤਰ੍ਹਾਂ ਦੀ ਉਹਦੇ 'ਚ ਪ੍ਰੋਵੀਜ਼ਨ ਸੀਗੀਆਂ ਉਹਦੇ 'ਚ ਕਿਤੇ ਨਹੀਂ ਲਿਖਿਆ ਵੀ ਲੋਕਾਂ ਦੇ ਡੰਡੇ ਮਾਰਨੇ ਉੱਥੇ ਕਿਤੇ ਨਹੀਂ ਲਿਖਿਆ ਲੋਕਾਂ ਨੂੰ ਤੰਗ ਕਰਨਾ ਦੋ DG ਰਿਟਾਇਰ ਹੋਏ ਉਹਨਾਂ ਨੇ ਇਹ ਮਸਲਾ ਸੁਪਰੀਮ ਕੋਰਟ 'ਚ ਲੈ ਕੇ ਸੁਧਾਰ ਕਰਨਾ ਸੁਧਾਰ ਕਰਨ ਲਈ ਜਦੋਂ ਉੱਥੇ ਉਹਨਾਂ ਨੇ ਰਿਟ ਕੀਤੀ 22 ਸਾਲ ਬਾਅਦ ਫੈਸਲਾ ਹੋਇਆ 22 ਸਾਲ ਬਾਅਦ ਫੈਸਲਾ ਹੋਇਆ ਕਿ ਇਹ ਨਵਾਂ ਸੁਧਾਰ ਪੁਲਿਸ ਸੁਧਾਰਾਂ ਲਈ ਆਹ ਇੱਕ ਨਵੇਂ ਪੁਲਿਸ ਐਕਟ ਬਣਾਏ ਜਾਣ ਜਿਹੜਾ ਨਵਾਂ ਪੁਲਿਸ ਐਕਟ ਬਣਿਆ ਜਿਹਨਾਂ ਨੇ ਬਣਾਇਆ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇਕਰ 1861 ਤੋਂ ਲੈ ਕੇ 2000 ਤੱਕ ਜਿਹੜਾ 6 ਤੱਕ ਇਹ ਐਕਟ ਚਾਲੂ ਆ ਰਿਹਾ ਇਹਦੇ 'ਚ ਕੋਈ ਇੱਕ ਡਰੈਕੋਨੀਅਨ ਜਿਹੜੀ ਪ੍ਰੋਵੀਜ਼ਨ ਆ ਦੱਸੋ
तो मैं ਤੁਹਾਨੂੰ ਇਹਦਾ ਹਰਜ਼ਾਨਾ ਦੇਣ ਨੂੰ ਤਿਆਰ ਹੈ। ਮੈਂ ਤਾਂ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਬੈਠੇ ਸੀ ਰਿਟਾਇਰਡ, ਉਹਨਾਂ ਨੂੰ ਕਿਹਾ ਸੀ ਮੈਂ 5 ਲੱਖ ਰੁਪਈਆ ਦਿੰਦਾ, ਮੈਨੂੰ ਇੱਕ ਗੱਲ ਤਾਂ ਦੱਸ ਦਿਓ ਵੀ ਇਹਦੇ 'ਚ ਆਹ ਗਲਤ ਆ। ਗੱਲ ਇਹ ਆ ਵੀ ਸੁਪਰੀਮ ਕੋਰਟ 'ਚ ਵੀ ਉਹ ਡਿਬੇਟ ਹੋ ਰਿਹਾ ਯਾਰ, ਜਿਹੜਾ ਤੁਸੀਂ ਨਵਾਂ ਪ੍ਰੋਵੀਜ਼ਨ ਲਾਈ ਹੈ ਉਹ ਤਾਂ ਇੱਥੇ ਲਾਗੂ ਹੀ ਨਹੀਂ ਹੋਈ। ਫਿਰ ਸੁਪਰੀਮ ਕੋਰਟ ਦੇ ਜੱਜ ਸਾਹਿਬ ਕਹਿੰਦੇ ਆ ਜੀ ਮੇਰੇ ਵੱਸ ਦੀ ਗੱਲ ਨਹੀਂ, ਸਰਕਾਰਾਂ ਹੀ ਨਹੀਂ ਚਾਹੁੰਦੀਆਂ। ਹੁਣ ਕਦੇ ਆ ਥੋੜ੍ਹੇ ਦਿਨ ਪਹਿਲਾਂ ਡੀ ਜੀ ਪੀ ਆਇਆ ਵੀ ਸਰਕਾਰਾਂ 3 ਬੰਦੇ ਡੀ ਜੀ ਪੀ ਦੇ ਕਰਕੇ ਭੇਜਣਗੀਆਂ, ਉਹ ਲਾਵਣਗੀਆਂ ਫਲਾਣਾ। ਸਾਡੇ ਹਿੰਦੁਸਤਾਨੀਆਂ ਦੀ ਸਭ ਤੋਂ ਮਾੜੀ ਗੱਲ ਹੈ, ਮੈਂ ਸਮਝਦਾ ਵੀ ਉਸ ਜੱਜ ਨੇ ਜਾਂ ਉਹਨਾਂ ਦੇ ਬੈਂਚ ਨੇ ਪੁਲਿਸ ਸਿਸਟਮ ਦਾ ਆਗਾਜ਼ ਹੀ ਨਹੀਂ ਪੜਿਆ। ਇਹ ਸ਼ੁਰੂ ਕਿੱਥੋਂ ਆਇਆ? ਪੁਲਿਸ ਸਿਸਟਮ ਸ਼ੁਰੂ ਅੰਗਰੇਜ਼ ਨੇ ਕੀਤਾ ਕਿ ਮੈਂ ਆਇਰਲੈਂਡ ਅਤੇ ਇੰਗਲੈਂਡ ਦੀ ਜਿਹੜੀ ਪੁਲਿਸ ਆ ਉਹਦੀ ਤਰਜ 'ਤੇ ਬਣਾ ਰਿਹਾ, ਅਤੇ ਪੁਲਿਸ ਇਸ ਤਰ੍ਹਾਂ ਦੀ ਚਾਹੀਦੀ ਆ ਜਿਹੜੀ ਦਰਜ ਅੱਜ ਵੀ ਉਹੀ ਹੈ ਕਿ ਪੁਲਿਸ ਆਫਿਸਰ ਸ਼ੁੱਡ ਬੀ ਰਿਗਾਰਡਡ ਐਜ਼ ਏ ਵਾਈਜ਼ ਐਂਡ ਇੰਪਾਰਸ਼ਲ ਫਰੈਂਡ ਐਂਡ ਏ ਪ੍ਰੋਟੈਕਟਰ ਅਗੇਂਸਟ ਇੰਜਰੀ ਟੂ ਪਰਸਨ ਐਂਡ ਪ੍ਰੋਪਰਟੀ। ਪੁਲਿਸ ਅਫਸਰ ਲੋਕਾਂ ਦਾ ਬੇਲਾਗ ਅਤੇ ਸਿਆਣਾ ਦੋਸਤ ਚਾਹੀਦਾ, ਤਾਂ ਲੋਕਾਂ ਦੀ ਜਾਨ ਅਤੇ ਮਾਲ ਦਾ ਰਾਖਾ ਚਾਹੀਦਾ ਯਾਰ। ਇਸ ਤੋਂ ਵਧੀਆ ਜੇ ਉਹ ਨਹੀਂ ਹੈਗੇ ਤਾਂ ਉਹਨਾਂ ਨੂੰ ਸਮਝਾਓ, ਟ੍ਰੇਨਿੰਗ ਦਿਓ। ਸੋ ਜਿਹੜਾ ਸਾਡਾ ਨੌਜਵਾਨ ਪੀੜ੍ਹੀ ਹੈ, ਜਿਹੜਾ ਸਾਡਾ ਐਜੂਕੇਸ਼ਨ ਦਾ ਢਾਂਚਾ ਹੈ, ਮੈਂ ਕੱਲ੍ਹ ਵੀ ਇੱਕ ਜਗ੍ਹਾ ਬੋਲ ਰਿਹਾ ਸੀਗਾ ਆਪਣੇ ਸਾਡੇ, ਮੈਂ 4 ਸਕੂਲਾਂ ਦੇ ਵਿੱਚ ਸੇਵਾ ਕਰਦਾ ਆਲਰੇਡੀ ਔਰ ਆਪਣੇ ਪੱਲਿਓਂ ਦੇ ਕੇ, ਤਾਂ ਇੱਕ ਸਕੂਲ ਤਾਂ 1894 ਦਾ ਬਣਿਆ ਹੋਇਆ। ਉਸ ਸਕੂਲ ਦੇ ਵਿੱਚ ਕਿਤੇ ਗਿਆਨੀ ਜੈਲ ਸਿੰਘ ਵੀ ਪ੍ਰਧਾਨ ਰਹੇ ਐਜ਼ ਚੀਫ ਮਿਨਿਸਟਰ ਅਤੇ ਐਜ਼ ਪ੍ਰੈਜੀਡੈਂਟ, ਅਤੇ ਹੁਣ ਮੈਨੂੰ ਮਾਣ ਹੈ ਕਿ ਮੈਂ ਉਸ ਸਕੂਲ ਦਾ ਪ੍ਰਧਾਨ ਹੈ। ਮੈਂ ਆਪਣੇ ਟੀਚਰਾਂ ਨੂੰ ਪੁੱਛ ਰਿਹਾ ਸੀ ਕਿ ਤੁਸੀਂ ਬੱਚਿਆਂ ਨੂੰ ਬਣਾਉਣਾ ਕੀ ਚਾਹੁੰਦੇ ਹੋ? ਗੱਲ ਇਹ ਹੈ ਕਿ ਅਸੀਂ ਸਰਕਾਰੀ ਨੌਕਰੀ ਤਾਂ ਕੇਵਲ 1% ਲੋਕਾਂ ਨੂੰ ਮਿਲਣੀ ਹੈ। ਹਿੰਦੁਸਤਾਨ ਦੇ ਵਿੱਚ 48 ਲੱਖ ਸੈਂਟਰ ਗੌਰਮੈਂਟ ਇੰਪਲਾਈ ਹੈ, ਪੰਜਾਬ ਦੇ ਵਿੱਚ 2.77 ਕਰੋੜ ਆਬਾਦੀ ਹੈ, 3 ਲੱਖ ਦੇ ਕਰੀਬ ਇੰਪਲਾਈ ਹੈਗੇ ਆ, ਬਾਕੀਆਂ ਨੂੰ ਤਾਂ ਕੰਮ ਹੀ ਹੈ ਨਹੀਂ। ਜੇ ਕੰਮ ਹੀ ਹੈ ਨਹੀਂ ਤੇ ਅਸੀਂ ਲੋਕ ਉਹਨਾਂ ਨੂੰ ਹੋਰ ਕੰਮ ਕਿਸ ਕੰਮ ਲਈ ਟ੍ਰੇਨਡ ਕਰਨਾ, ਤਾਂ ਕਿ ਉਹ ਸਮਾਜ ਲਈ ਲਾਹੇਵੰਦ ਹੋ ਸਕਣ? ਕੰਮ ਤਾਂ ਬਹੁਤ ਸਾਰਾ ਪਿਆ। ਹੁਣ ਸਾਡੇ ਤਾਂ ਆਮ ਪੇਂਡੂ ਜ਼ਿਮੀਦਾਰਾਂ ਦੀ ਗੱਲ ਮੈਂ ਕਰਾਂਗਾ, ਕਿਸੇ ਜਾਤ ਬਰਾਦਰੀ ਦੇ ਨਾਂ ਲੈ ਬਿਨਾਂ, ਅਸੀਂ ਲੋਕ ਪਿੰਡਾਂ ਦੇ ਵਿੱਚ ਗੁੜ ਕੱਢਦੇ ਹੁੰਦੇ ਸੀ, ਤੇ ਹੁਣ ਗੁੜ ਜਿਹੜੇ ਆ ਯੂਪੀ ਤੇ ਬਿਹਾਰ ਤੋਂ ਆ ਕੇ ਲੋਕੀ ਬਣਾਉਂਦੇ ਆ, ਤੇ 30 ਰੁਪਏ ਕਿਲੋ ਖੰਡ ਹੈਗੀ ਆ, 35 ਰੁਪਏ, ਤੇ ਗੁੜ ਵੇਚਦੇ ਆ 60-65 ਰੁਪਏ ਕਿਲੋ, ਤੇ ਸਾਡੇ ਜਿਹੜੇ ਆਪਣੇ ਜ਼ਿਮੀਦਾਰ ਆ ਉਹਨਾਂ ਨੂੰ ਸ਼ਰਮ ਆਉਣੀ ਸ਼ੁਰੂ ਹੋ ਗਈ ਵੀ ਮੈਂ ਉੱਥੇ ਬੈਠਾਂਗਾ ਤਾਂ ਕੰਮ ਕੀ ਕਰਾਂਗਾ। ਸੋ ਅਸੀਂ ਜਿਹੜੇ ਆ ਨਾ, ਸਾਡੀ ਜਿਹੜੀ ਐਜੂਕੇਸ਼ਨ ਹੈ ਜੇ ਐਗਰੀਕਲਚਰ ਦੇ ਵਿੱਚ ਵੀ ਹੈ, ਤੇ ਅਸੀਂ ਕੋਈ ਡਿਵੈਲਪਮੈਂਟ ਨਹੀਂ ਕੀਤੀ। ਕੋਈ ਲੋਕ ਜਿਹੜੇ ਅਸੀਂ ਉਹ ਪੁਰਾਣਾ ਜਿਹੜੀਆਂ ਖਾਦਾਂ ਪਾਣੀਆਂ ਸਾਨੂੰ ਸਿਖਾ ਤੀਆਂ, ਤੇ ਅਸੀਂ ਭਾਵੇਂ ਮਰ ਜਾਈਏ ਅਸੀਂ ਇੰਨੀ ਅਕਲ ਵੀ ਨਹੀਂ ਕਰਦੇ ਕਿ ਯਾਰ ਆਪਣੇ ਜੋਗਾ ਦਾ ਕਿੱਲਾ ਬੀਜ ਲਈਏ। ਜੀ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਜ਼ਰੂਰੀ ਇੱਕ ਗੱਲ ਕਰਨੀ ਸੀ ਜੀ, ਜੇ ਵੀ ਜ਼ਰੂਰੀ, ਜਿਹੜੇ ਆਪਣੇ ਡੀ ਜੀ ਪੀ ਸੀਗੇ ਸ਼ਸ਼ੀ ਕਾਂਤ, ਉਹਨਾਂ ਨੇ ਬਕਾਇਦਾ ਡਰੱਗ ਜਿਹੜੇ ਵੇਚਦੇ ਆ, ਚਾਹੇ ਲੀਡਰ ਆ, ਚਾਹੇ ਪੋਲੀਟਿਕਸ ਆ, ਚਾਹੇ ਵਿੱਚ ਪੁਲਿਸ ਅਫਸਰ ਆ, ਉਹਨਾਂ ਨੇ ਇੱਕ ਲਿਸਟ ਬਣਾਈ ਸੀ ਤਾਂ ਬਾਦਲ ਸਾਹਿਬ ਨੂੰ ਦਿੱਤੀ ਸੀ ਜਾ ਕੇ, ਉਹ ਬਾਦਲ ਸਾਹਿਬ ਨੇ ਕਹਿ ਦਿੱਤਾ ਚੁੱਪ ਕਰ ਜਾ ਕਾਕਾ, ਵੀ ਕਿਤੇ ਹੋਰ ਕੰਮ ਖਰਾਬ ਹੋਊਗਾ, ਆਰਾਮ ਨਾਲ ਦਫਲਾ। ਉਹਨਾਂ ਨੂੰ ਪਤਾ ਸੀ ਸਾਰਾ, ਸ਼ਸ਼ੀ ਕਾਂਤ ਨੂੰ ਵੀ ਆਹ ਬੰਦੇ ਵੇਚਿਆ, ਜਦੋਂ ਉਹ ਬੰਦੇ ਅੱਜ ਤੱਕ ਨੀ ਫੜ ਹੋਏ। ਮੈਂ ਤਾਂ ਇਹੀ ਕਹੂੰਗਾ, ਸਾਡੇ ਪੰਜਾਬ ਦਾ ਰਾਖਾ ਹੁਣ ਕੋਈ ਨੀ ਹੈ, ਰੱਬ ਹੀ ਰਾਖਾ ਇਹਦਾ। ਇੱਕ ਬਹੁਤ ਵੱਡਾ ਸਾਰਾ ਜਹਾਜ਼ ਭਰ ਕੇ ਆਵੇ ਪੋਲੀਟਿਕਸਾਂ ਦਾ, ਵਿੱਚ ਮੰਤਰੀਆਂ ਦਾ, ਵਿੱਚ ਵੱਡੇ ਵੱਡੇ ਲੀਡਰਾਂ ਦਾ, ਉਹ ਆਉਂਦਾ ਆਉਂਦਾ ਜਹਾਜ਼ ਕਿਤੇ ਸਮੁੰਦਰ ਡੱਬ ਪਵੇ, ਦੁਬਾਰਾ ਕੋਈ ਨਵੀਂ ਜਨਰੇਸ਼ਨ ਆਵੇ। ਮੈਂ ਇਹੀ ਕਹੂੰਗਾ, ਵਾਹਿਗੁਰੂ ਕੋ ਅਰਦਾਸ ਕਰਕੇ ਕਹੂੰਗਾ, ਤੋ ਸਮੁੰਦਰ 'ਚ ਜਹਾਜ਼ ਡੱਬ ਪਵੇ। ਬੜੀ ਮਿਹਰਬਾਨੀ। ਨਹੀਂ ਇਹ ਕੋਈ ਹੱਲ ਨੀਗਾ, ਇਹ ਹੱਲ ਨੀਗਾ। ਗੱਲ ਇਹ ਜਿਹੜੀ ਮੈਂ ਸੋਰੀ ਤੁਹਾਡੀ ਗੱਲ ਵਿੱਚ ਹੈ, ਇਹ ਹੱਲ ਨੀਗਾ। ਗਾਂ ਉਹਨਾਂ ਪੋਲੀਟੀਸ਼ੀਅਨਾਂ ਦੇ ਟੱਬਰਾਂ ਦੇ ਟੱਬਰ ਨੇ, ਗਾਂ ਪੋਲੀਟਿਕਸ ਦੇ ਵਿੱਚ ਨੇ, ਇਸ ਕਰਕੇ ਇਹ ਇੱਡਾ ਏਡੀ ਛੇਤੀ ਹੱਲ ਨਹੀਂ ਹੋਣਾ। ਦੂਜੀ ਗੱਲ ਜਿਹੜੀ ਲਿਸਟ ਦੀ, ਉਹਨਾਂ ਨੇ ਲਾਲਪੁਰਾ ਸਾਹਿਬ ਨੇ ਇੱਕ ਬੜਾ ਜਿਹੜਾ ਜੀ ਕਲੀਅਰ ਕੀਤਾ ਸੀਗਾ ਕਿ ਲਿਸਟ ਤਾਂ ਹਰ ਸਾਲ ਬਣਦੀ ਹੈ। ਮੈਂ ਓਪਨਲੀ ਜਿਹੜੀ ਜੀ ਇਹ ਗੱਲ ਕਹੂੰਗਾ ਕਿ ਫਿਰ ਉਹ ਇਸ ਗੱਲ ਤੋਂ ਕਿਉਂ ਝੇਪਦੇ ਰਹੇ ਕਿ ਮੈਂ ਉਹ ਲਿਸਟ ਜਿਹੜੀ ਆ ਉਹ ਜਾਰੀ ਨਹੀਂ ਕਰਨੀ, ਕਰ ਦਿਓ ਜੇ ਤੁਹਾਡੇ ਕੋਲ ਕੋਈ ਚੀਜ਼ ਹੈ ਜਨਤਕ। ਯਾਦ ਹੋਣਾ ਮੈਂ ਕੈਨੇਡਾ ਦੇ ਵਿੱਚ ਸਰ ਗਿਆ ਸੀਗਾ ਪ੍ਰੈਸ ਕਾਨਫਰੰਸ ਵਿੱਚ, ਉਦੋਂ 10 ਬੰਦੇ ਸੀਗੇ ਜਿਹੜੇ, ਮੈਂ ਕਿਹਾ ਜੀ ਆਹ ਆਹ ਬੰਦੇ ਜਿਹੜੇ ਆ ਜੀ ਉਹ ਪੁਲਿਸ ਨੂੰ ਚਾਹੀਦੇ ਆ ਉੱਥੇ ਡਰੱਗ ਦੇ ਮਾਮਲੇ 'ਚ, ਕਿਉਂਕਿ ਹਰ ਪੱਤਰਕਾਰ ਦੇ ਆਪਣੇ ਸੋਰਸ ਹੁੰਦੇ ਆ ਜੀ। ਉਹ ਬੰਦਿਆਂ ਦੇ ਉੱਤੇ ਬਾਅਦ 'ਚ ਮਾਮਲਾ ਜਿਹੜਾ ਜੀ ਦਰਜ ਹੋਇਆ, 10 ਦੇ 10 ਉਹ ਨੇ ਜਿਹੜੇ ਇੰਟਰਪੋਲ ਤੋਂ ਜਿਹੜੇ ਚਾਹੀਦੇ। ਜੇ ਤੁਹਾਡੇ ਕੋਲ ਕੋਈ ਸਬੂਤ ਹੈ ਵਿਦ ਪਰੂਫ, ਫਿਰ ਛੱਡ ਦਿਓ, ਫਿਰ ਤੁਸੀਂ ਮੈਨੂੰ ਸਰ ਮੈਂ ਇੰਟੈਲੀਜੈਂਸ 'ਚ
बहुत देर लंबा समा काम की जी, बिल्कुल जेडे बंदियां ते शक हुंदा है या जिन्हां दा इंटरोगेशन च ना आया उन्हां दी लिस्टां बनदियां, लेकिन अरेस्ट वेले ता जेकर उहदे कोल कुछ बरामदगी नहीं हुंदी ਤਾਂ ਉਹ ਐਵੇਂ ਕਿਸੇ ਦਾ ਨਾਂ ਲੈਣਾ ਤਾਂ ਉਹਨੂੰ ਉਹ ਅਸੀਂ ਸਾਬਤ ਨਹੀਂ ਜਿਹੜੀ ਗੱਲ ਕੋਰਟ 'ਚ ਕਰ ਸਕਦੇ ਉਹ ਕਰਨੀ ਨਹੀਂ ਚਾਹੀਦੀ। ਦੂਜੀ ਗੱਲ ਹੈ ਕਿ ਜੇ ਲਿਸਟਾਂ ਮੇਰੇ ਕੋਲ ਵੀ ਹੈਗੀਆਂ ਸੀ, ਮੈਂ ਤਾਂ ਅੱਗੇ ਤੁਹਾਨੂੰ ਦੱਸਿਆ ਕਿ ਮੈਂ ਆਪ ਇਹ ਉਹਨਾਂ ਨੂੰ ਕਰਦਾ, ਲਿਸਟਾਂ ਤਾਂ ਪਤਾ ਹੀ ਆ ਵੀ ਕੌਣ ਕੌਣ ਕਰਦੇ ਆ, ਪੁਲਿਸ ਅੰਨੀ ਆ ਜਿਹਨੂੰ ਨਹੀਂ ਪਤਾ ਵੀ ਕਿਹੜਾ ਮੇਰੇ ਇਲਾਕੇ 'ਚੋਂ ਨਸ਼ੇ ਵੇਚਦਾ। ਹੁਣ ਗੱਲ ਇਹ ਹੈ ਕਿ ਜੇ ਸ਼ਸ਼ੀਕਾਂਤ ਜੀ ਕੋਲ ਨਾਂ ਨਹੀਂ ਲੈਣਾ ਚਾਹੀਦਾ, ਸਾਡੇ ਦੋਸਤ ਆ ਮੇਰੇ, ਅਸੀਂ ਇਕੱਠਿਆਂ ਨੇ ਕੰਮ ਕੀਤਾ ਹੈ, ਅਤੇ ਜੇ ਉਹਨਾਂ ਕੋਲ ਕੋਈ ਪੱਕੇ ਸਬੂਤ ਸੀਗੇ, ਜਿਹੜੇ ਮੈਂ ਸਮਝਦਾ ਇੰਟੈਲੀਜੈਂਸ ਦਾ ਕੰਮ ਨਹੀਂ ਹੈਗਾ ਸਬੂਤ ਕਰਨਾ, ਜ਼ਿਲ੍ਹੇ ਪੁਲਿਸ ਦਾ ਕੰਮ ਹੈ, ਤੇ ਫਿਰ ਉਹਨਾਂ ਨੂੰ ਵਿਰਸਾ ਸਿੰਘ ਬਲਟੋਆ ਜੀ ਤੋਂ ਮਾਫੀ ਮੰਗਣ ਦੀ ਕੀ ਲੋੜ ਸੀ, ਅਜੀਤ ਸਿੰਘ ਕੁਹਾੜ ਜੀ ਤੋਂ ਮਾਫੀ ਮੰਗਣ ਦੀ ਕੀ ਲੋੜ ਸੀ, ਸੋਨੀ ਸਾਹਿਬ ਤੋਂ ਮਾਫੀ ਮੰਗਣ ਦੀ ਕੀ ਲੋੜ ਸੀ। ਸੋ ਗੱਲ ਉਹੀ ਕਰਨੀ ਚਾਹੀਦੀ ਹੈ ਜਿਹੜੀ ਸੱਚੀ ਹੋਵੇ ਔਰ ਜਿਹੜੀ ਗੱਲ ਅਸੀਂ ਸਾਬਤ ਕਰ ਸਕਦੇ ਹੋਈਏ। ਬਾਕੀ ਸਮਾਜ ਦੇ ਵਿੱਚ ਜਿਹੜੇ ਬੰਦੇ ਕ੍ਰਾਈਮ ਕਰਦੇ ਆ ਉਹ ਹਰ ਲੋਕਾਂ ਨੂੰ ਪਤਾ ਹੈ ਔਰ ਐਡਮਿਨਿਸਟ੍ਰੇਸ਼ਨ ਇੰਨੀ ਤਕੜੀ ਚਾਹੀਦੀ ਹੈ। ਗੱਲ ਇਹ ਹੈ ਕਿ ਮੈਂ ਇੱਕ ਆਰਟੀਕਲ ਲਿਖਿਆ ਸੀ, ਪੇ ਬਿਟਰੇ ਐਂਡ ਇੰਜੋਏ ਜੀ, ਇਹ ਸਰਕਾਰੀ ਅਫਸਰਾਂ ਦੀ ਨੀਤੀ ਹੈ, ਪੈਸਾ ਤੇ ਧੋਖਾ ਦਿਓ ਜੀ ਤੇ ਮੌਜਾਂ ਕਰੋ ਬਸ। ਯਾ ਤੁਸੀਂ ਸਿਆਣੇ ਕਹਿੰਦੇ ਜੀ 100 ਹੱਥ ਰੱਸਾ ਸਿਰੇ ਤੇ ਗੰਢ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਔਰ ਬੜੀ ਬੇਬਾਕੀ ਦੇ ਨਾਲ ਜਿਹੜੀ ਜੀ ਉਹ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ ਔਰ ਅਸੀਂ ਇਸ ਚੀਜ਼ ਦੇ ਆਸਵੰਦ ਹਾਂ ਜੀ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਤੁਹਾਡੀ ਕਲਮ ਦੇ ਰਾਹੀਂ ਔਰ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਜੀ ਇਹ ਅਵੇਅਰਨੈਸ ਜਿਹੜੀ ਤੁਸੀਂ ਫੈਲਾ ਰਹੇ ਹੋ ਇਸੇ ਤਰੀਕੇ ਨਾਲ ਜਾਰੀ ਰਹੂਗੀ ਜੀ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ। ਇਕਬਾਲ ਸਿੰਘ ਰਿਟਾਇਰਡ IPS DIG ਦੇ ਅਹੁਦੇ ਤੋਂ ਜਿਹੜਾ ਜੀ ਉਹ ਰਿਟਾਇਰ ਹੋਏ ਨੇ ਔਰ ਸੋਸ਼ਲ ਮੀਡੀਆ ਦੇ ਰਾਹੀਂ ਜਿਵੇਂ ਤੁਹਾਨੂੰ ਕਿਹਾ ਔਰ ਜਿੰਨੀਆਂ ਕਿਤਾਬਾਂ ਉਹਨਾਂ ਨੇ ਸਾਹਿਤ ਦੀ ਝੋਲੀ ਪਾਈਆਂ ਨੇ, ਇੱਕ ਇਸ ਰੈਂਕ ਦਾ ਪੁਲਿਸ ਆਫਿਸਰ ਹੋਵੇ ਔਰ ਸਾਹਿਤ ਦਾ ਰਸੀਆ ਹੋਵੇ, ਅੱਜ ਤੱਕ ਜਿਹੜਾ ਜੀ ਉਹ ਲਿਖ ਰਹੇ ਨੇ, ਇਹੀ ਉਹਨਾਂ ਦੀ ਜਿਹੜੀ ਜੀ ਉਹ ਪਹਿਚਾਣ ਹੈ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ। ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫ਼ਤੇ ਇੱਕ ਵਾਰੀ ਫਿਰ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ ਜੀ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।